ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੰਘ। ਆਓ ਜੀ ਗੁਰਜੀਤ, ਇੱਕ ਮਿੰਟ ਖੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਬੱਤੀ ਲੱਗੀਆਂ ਨਾ ਜਥੇਬੰਦੀਆਂ ਦਾ ਇਹ ਕੁੱਕੜਾਂ ਨੂੰ ਪੈਗੀ ਬਿਮਾਰੀ ਨੀ, ਜੇ ਕੁੱਕੜਾਂ ਨੂੰ ਪੈਗੀ ਬਿਮਾਰੀ ਨੀ, ਦਾਰੂ ਆਉਣ ਕੌਣ ਦੇਊਗਾ ਨਾਰੇ ਨਾਰੇ। ਰਾਤੋ ਰਾਤ ਚੜ ਜਾਣਗੇ ਗੱਡੀ ਸਾਰੇ, ਸੱਤ ਪਾੜ ਕੇ ਤੂੰ ਮੋਗਾ ਕਰ ਲੈ ਦੇ, ਸੱਤ ਪਾੜ ਕੇ ਤੂੰ ਮੋਗਾ ਕਰ ਲੈ ਵੇ, ਆਪੇ ਰੱਬ ਛਿੱਟ ਦੇਊਗਾ ਕਿਤੋਂ ਫੈਲੀਆਂ ਵੇ, ਆਪੇ ਰੱਬ ਛਿੱਟ ਦੇਊਗਾ ਕਿਤੋਂ ਫੈਲੀਆਂ। ਪੰਜਾਬ ਦਾ ਪ੍ਰਬੰਧ ਕਰੋ।
ਤੋਂ ਕਪੀਲਾ ਪ੍ਰਧਾਨ ਜੀ ਸਾਡੇ ਮਨਜੀਤ ਸਿੰਘ ਧਨੌਰ ਜੀ ਤੁਹਾਨੂੰ ਕਰਨ ਲੱਗੇ ਪ੍ਰਧਾਨ ਮਨਜੀਤ ਸਿੰਘ ਧਨੌਰ। ਉਸ ਤੋਂ ਬਾਅਦ ਹਰਮੀਤ ਸਿੰਘ ਆਪਣੇ ਵਿਚਾਰ ਰੱਖਣਗੇ, ਚਲੋ ਬਲਵਿੰਦਰ ਸਿੰਘ ਜੇਤੂ ਦੇ ਬਠਿੰਡਾ ਚਲੋ ਪ੍ਰਧਾਨ ਆਪਣੇ ਵਿਚਾਰ ਰੱਖਣਗੇ, ਚੰਗੇ ਸਾਰੇ ਖੜੇ ਰੱਖੋ। ਪੰਜਾਬ ਦੇ ਕੋਨੇ ਕੋਨੇ ਤੋਂ ਆਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜੁਝਾਰੂ ਸਾਥੀਓ ਤੇ ਮੇਰੀਓ ਸਤਿਕਾਰਯੋਗ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੂਬਾ ਕਮੇਟੀ ਅੱਜ ਬਾਗੋ ਬਾਗ ਆ। ਤੁਸੀਂ ਦੱਸਤਾ ਵੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਕਿੱਥੇ ਰਹਿੰਦੀ ਆ। ਆ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦਾ ਜਿਹੜਾ ਉਹ 3 ਕਿਲੋਮੀਟਰ ਦਾ ਕਾਫਲਾ ਸਿਰ ਨਾਲ ਸਿਰ ਜੁੜੇ ਹੋਏ ਆ। ਇੱਥੋਂ ਪਤਾ ਲੱਗ ਗਿਆ, ਕਿਉਂਕਿ ਤੁਹਾਨੂੰ ਪਤਾ ਹੋਊ ਅੜਿੱਕਾ ਸਿਉਂ ਉਹਨਾਂ ਨੇ ਅੱਜ ਅੜਿੱਕਾ ਬਹੁਤ ਲਾਇਆ। ਅੱਜ ਹੀ ਤੁਹਾਡੇ ਪਿੰਡਾਂ ਦੇ ਵਿੱਚੋਂ ਬੰਦਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰਕੇ ਡੀਸੀਆਂ ਦੇ ਲੈ ਕੇ ਗਏ ਆ, ਜਿਹੜੀ ਅਖੌਤੀ ਡਕੌਂਦਾ ਯੂਨੀਅਨ ਹੈ। ਪਰ ਤੁਸੀਂ ਆਪਦੇ ਸਿਰਕਰੀ ਪਰਖ ਕੀਤੀ ਆ, ਉਸ ਹੱਕ ਸੱਚ ਇਨਸਾਫ ਦੇ ਕਾਫਲੇ ਦੇ ਵਿੱਚ ਵਾਧਾ ਕੀਤਾ, ਪਹਿਰਾ ਦਿੱਤਾ। ਅਸੀਂ ਤੁਹਾਨੂੰ ਮੁਬਾਰਕਬਾਦ ਦਿੰਦੇ ਹਾਂ ਤੇ ਬੇਨਤੀ ਕਰਦੇ ਹਾਂ, ਜਿਹੜਾ ਨੂੰ ਧੁੱਪ ਲੱਗਦੀ ਆ ਯਾਦ ਕਰੋ, ਜੇ ਹਾੜੀ ਖੜੀ ਹੁੰਦੀ ਵੱਢਣੀ ਪੈਣੀ ਸੀ, ਧੁੱਪ ਹੀ ਰਹਿਣਾ ਸੀ। ਠੀਕ ਹੈ ਕਿ ਨਹੀਂ ਬਈ? ਤੁਸੀਂ ਤਾਂ ਨਹੀਂ ਧੁੱਪ ਮੰਨਦੇ? ਮੁੱਕੇ ਤਾਣ ਕੇ ਦੱਸਿਆ ਕਰੋ, ਮੁੱਕੇ ਐ ਬਾਂਹ ਸਿੱਧੀ ਹੋਵੇ ਫਿਰ ਜਿੱਤਿਆ ਜਾਣਾ। ਆਹ ਦੇਖ ਲਓ ਮੈਂ ਪੂਰਾ ਬੁੜਾ, ਬਾਂਹ ਜਮਾਂ ਸਿੱਧੀ ਆ। ਏਦਾਂ ਰੱਖਿਆ ਕਰੋ ਬਾਂਹ ਜਦੋਂ ਨਾਅਰੇ ਲਾਉਂਦੇ ਹੋ, ਤੇ ਇਦੋਂ ਅਗਲੇ ਬੁਲਾਰਿਆਂ ਦੇ ਵਿਚਾਰ ਸੁਣੋ। ਇਸ ਤੋਂ ਅਗਲੇ ਬੁਲਾਰੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਹਰਮੀਤ ਸਿੰਘ ਫਾਜ਼ਿਲਕਾ, ਉਹ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਤੇ ਇਹਨਾਂ ਤੋਂ ਬਾਅਦ ਤਿਆਰ ਰਹਿਣਗੇ ਬਲਵਿੰਦਰ ਸਿੰਘ ਜੇਠੂ ਕੇ। ਆਓ ਜੀ ਹਰਮੀਤ ਵੀਰੋ, ਇੱਥੇ ਬੈਠ ਜਾਓ, ਵਿੱਚ ਵਾਧੂ ਤਾਂ ਪਈ ਹੈ, ਬੈਠ ਜਾਓ, ਖੜੇ ਖੜੇ ਆਪਾਂ ਥੱਕ ਜਾਵਾਂਗੇ। ਆਪਾਂ ਨੂੰ 2-3 ਘੰਟੇ ਅਜੇ ਲੱਗਣੇ ਨੇ, ਜਿੰਨੀ ਦੇਰ ਤੱਕ ਭਗਵੰਤ ਮਾਨ ਜੀ ਜਾਂ ਉਹਨਾਂ ਦਾ ਕੋਈ ਕੰਮ ਅਫਸਰ ਨਹੀਂ ਆਉਂਦਾ ਜਾਂ ਕੋਈ ਵੀ, ਤੇ ਉਨੀ ਦੇਰ ਆਪਾਂ ਜਾਣਾ ਨਹੀਂਗਾ। ਇਹ ਕੋਈ ਆਪਣਾ 1-2 ਘੰਟੇ ਦਾ ਪ੍ਰੋਗਰਾਮ ਨਹੀਂ। ਸਾਥੀਓ, ਮੈਂ ਗੱਲ ਕਰਦਾ ਤੁਹਾਨੂੰ, ਸਿਆਣੇ ਕਹਿੰਦੇ ਨੇ ਅੱਖੀ ਵੇਖੋ ਔਰ ਕੰਨੀ ਸੁਣੋ, ਫਿਰ ਉਸ ਤੇ ਵਿਸ਼ਵਾਸ ਕਰੋ। ਸਾਥੀਓ, ਸਾਡਾ ਜ਼ਿਲ੍ਹਾ ਫਾਜ਼ਿਲਕਾ ਹੈ, ਮੈਂ ਫਾਜ਼ਿਲਕਾ ਦੀ ਤੁਹਾਨੂੰ ਗੱਲ ਸੁਣਾਉਂਦਾ। ਸਾਥੀਓ, ਕਣਕ ਦਾ ਨੁਕਸਾਨ ਸਾਰੇ ਪੰਜਾਬ ਦੇ ਵਿੱਚ ਹੋਇਆ ਹੈ ਔਰ ਸਾਡੀ ਕਣਕ ਝੋਨਾ ਜੋ ਕਿ ਛਮਾਈ ਦੀ ਫਸਲ ਹੈ, ਸਾਥੀਓ 6 ਮਹੀਨਿਆਂ ਦੇ ਬਾਅਦ ਕਿਸਾਨ ਨੂੰ ਫਸਲ ਆਉਂਦੀ ਹੈ। ਪਰੰਤੂ ਕੁਛ ਦਿਨ ਪਹਿਲਾਂ ਅਸੀਂ, ਸਾਡੇ ਨਾਲ ਪ੍ਰਧਾਨ ਜੀ ਗਏ ਸੀਗੇ ਔਰ ਅਸੀਂ ਜਿੱਥੇ ਬਾਗ ਅਬੋਹਰ ਦੇ ਵਿੱਚ ਜੋ ਬਾਗਾਂ ਦਾ ਏਰੀਆ ਹੈ ਸਾਥੀਓ, ਉਸ ਦੇ ਵਿੱਚ ਅਸੀਂ ਦੌਰਾ ਜਾ ਕੇ ਕੀਤਾ ਸੀ ਪਕੈਣ ਵਾਲੇ। ਅਸੀਂ ਉੱਥੇ ਜਾ ਕੇ ਦੇਖਿਆ ਔਰ ਉੱਥੋਂ ਦੇ ਲੋਕ ਰੋ ਰਹੇ ਸਨ। ਕਿਉਂ ਰੋ ਰਹੇ ਸਨ?
ਕਿ ਉਹਨਾਂ ਦਾ ਰੁਜ਼ਗਾਰ ਖਤਮ ਹੋ ਚੁੱਕਾ ਸੀ। ਸਾਥੀਓ, ਸਾਡੀ ਫਸਲ ਛਮਾਈ ਬਾਅਦ ਹੁੰਦੀ ਹੈ, ਪਰ ਉਹਨਾਂ ਦੀ ਫਸਲ 10 ਸਾਲ ਬਾਅਦ ਤਿਆਰ ਹੁੰਦੀ ਹੈ। ਇੱਕ ਕਿਸਾਨ ਦਾ 2.5 ਏਕੜ ਸੀ ਪਾਗ, ਉਹਦਾ ਪਰਿਵਾਰ ਸਾਰਾ ਪੱਟ ਕੇ ਬੋਲ ਗਿਆ। ਅਸੀਂ ਜਾ ਕੇ ਉਹਦੇ ਨਾਲ ਗੱਲ ਕੀਤੀ, ਉਹ ਕਹਿੰਦਾ ਕਿ ਮੇਰਾ ਬੜਾ ਵੱਡਾ ਪਰਿਵਾਰ ਹੈ, 6 ਮੇਰੀਆਂ ਭੈਣਾਂ ਨੇ, 3 ਮੇਰੀਆਂ ਕੁੜੀਆਂ ਨੇ, ਅਸੀਂ ਬੜਾ ਵੱਡਾ ਪਰਿਵਾਰ ਆ, ਸਾਡਾ ਰੁਜ਼ਗਾਰ ਹੀ ਇਹਦੇ ਤੇ। ਸਾਨੂੰ ਵੇਖ ਕੇ ਬੜਾ ਦੁੱਖ ਹੋਇਆ, ਔਰ ਅਸੀਂ ਦੇਖਿਆ ਉਸ ਪਿੰਡ ਦੇ ਵਿੱਚ ਸਾਥੀਓ ਬੜਾ ਵੱਡਾ ਨੁਕਸਾਨ ਮਕਾਨਾਂ ਦਾ ਵੀ ਹੋਇਆ ਹੈ, ਜਿਸ ਨੇ ਦੇਖਿਆ ਉਸ ਨੂੰ ਪਤਾ ਹੈ। ਸੋ ਸਾਥੀਓ, ਇਹ ਸਰਕਾਰ ਭਗਵੰਤ ਮਾਨ ਜਿਹੜਾ ਕਿ ਕਿਸਾਨਾਂ ਦਾ ਹਿਤੈਸ਼ੀ ਹੈ, ਕਹਿੰਦਾ ਮੈਂ ਥੋੜ੍ਹੀ ਜ਼ਮੀਨ ਵਾਲਾ ਹਾਂ। ਅੱਜ ਤੁਸੀਂ ਵੇਖੋ ਵੱਡੀਆਂ ਵੱਡੀਆਂ ਕਾਰਾਂ, ਔਰ ਸਭ ਤੋਂ ਜ਼ਿਆਦਾ ਫੋਰਸ ਇਹਦੇ ਨਾਲ ਹੀ ਹੈ ਕਿ ਅੱਗੇ MP ਜਾਂ ਕੋਈ ਮੁੱਖ ਮੰਤਰੀ ਨਹੀਂ ਰਿਹਾ, ਇਹ ਕੋਈ ਵੱਖਰਾ ਮੁੱਖ ਮੰਤਰੀ ਬਣਿਆ। ਸਾਥੀਓ, ਬਿਲਕੁਲ ਨੀਲੇ ਬਗਲੇ ਚਿੱਟੇ ਬੋਰ, ਚਿੱਟੇ ਬਗਲੇ ਨੀਲੇ ਬੋਰ, ਇਹ ਵੀ ਚੋਰ ਤੇ ਉਹ ਵੀ ਚੋਰ, ਸਾਰੇ ਚੋਰ ਨੇ। ਇਸ ਵਾਸਤੇ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਸਾਥੀਓ, ਤਗੜੇ ਹੋ ਜਾਓ, ਸੰਘਰਸ਼ ਕਰਨਾ ਪਵੇਗਾ। ਜਿਸ ਤਰ੍ਹਾਂ ਦਿੱਲੀ ਦੇ ਸੰਘਰਸ਼ ਕੀਤਾ ਸੀ, ਉਸ ਤਰ੍ਹਾਂ ਸਾਨੂੰ ਸੰਘਰਸ਼ ਕਰਨਾ ਪਵੇਗਾ। ਜ਼ਿਆਦਾ ਨਹੀਂ ਮੈਂ ਬੋਲਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਪੰਜਾਬ ਦੇ ਅੱਤ ਕੀਮਤੀ ਸਮਾਂ ਚੱਲਦੇ ਹੋਣ ਦੇ ਬਾਵਜੂਦ ਸਮੇਂ ਚੋਂ ਸਮਾਂ ਕੱਢ ਕੇ ਆਪਣੀਆਂ ਫਸਲਾਂ ਦਾ ਮੁਆਵਜ਼ਾ ਲੈਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਅੱਗੇ ਸੰਗਰੂਰ ਪਹੁੰਚੇ ਮੇਰੇ ਸਤਿਕਾਰਯੋਗ ਕਿਸਾਨ ਮਜ਼ਦੂਰ ਤੇ ਮੇਰੀਆਂ ਮਾਵਾਂ ਤੇ ਭੈਣਾਂ, ਫਤਿਹ ਅਰਜ ਕਰਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੜਾ ਪੰਜਾਬ ਦੇ ਵਿੱਚ ਰੌਲਾ ਪਾਇਆ ਹੋਇਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਪਹਿਲੀ ਵਾਰ ਪਾ ਫੜ ਲਈ 15-15 ਹਜ਼ਾਰ ਰੁਪਇਆ ਮੁਆਵਜ਼ਾ ਦੇ ਕੇ। ਪਰ ਜਦੋਂ ਇਹਦੇ ਉਲਟ ਜਾ ਕੇ ਸੋਚਦੇ ਹਾਂ, ਇਸੇ ਮੁੱਖ ਮੰਤਰੀ ਦੀਆਂ ਜਦੋਂ ਸੱਥਾਂ ਦੇ ਵਿੱਚ ਬੋਲਦੀਆਂ ਵੀਡੀਓ ਦੇਖਦੇ ਹਾਂ, ਇਹ ਆਪਦੇ ਮੂੰਹ ਤੇ ਕਹਿੰਦਾ ਹੁੰਦਾ ਸੀ ਵੀ ਜੇਕਰ ਪੰਜਾਬ ਦੇ ਕਿਸਾਨ ਨੂੰ ਕਿਸੇ ਕਿਸਮ ਦੀ ਕੋਈ ਆਫ਼ਤ ਆਊਗੀ ਤਾਂ ਮੈਂ ਘੱਟੋ ਘੱਟ ਠੇਕੇ ਜਿੰਨਾ ਮੁਆਵਜ਼ਾ ਦਊਗਾ ਜਿੰਨਾ ਠੇਕਾ ਚੱਲਦਾ ਹੋਇਆ। ਪਰ ਅੱਜ ਪੰਜਾਬ ਦੇ ਵਿੱਚ 72 ਹਜ਼ਾਰ ਰੁਪਇਆ ਠੇਕਾ ਚੱਲ ਰਿਹਾ, ਇਹ ਜਿਹੜਾ ਨੁਕਸਾਨ ਹੋਇਆ ਉਹ ਭਰਾਵੋ ਪੂਰੇ ਦਾ ਪੂਰਾ ਨੁਕਸਾਨ ਹੋਇਆ 100%। ਅਸੀਂ ਮੰਗ ਕਰਦੇ ਅੱਜ ਕਿ 50 ਹਜ਼ਾਰ ਰੁਪਇਆ ਜਿਹੜਾ ਤੂੰ ਸੱਥਾਂ ਦੇ ਵਿੱਚ ਕਹਿ ਕੇ ਆਇਆ ਉਹ 50 ਹਜ਼ਾਰ ਰੁਪਇਆ ਪੂਰਾ ਮੁਆਵਜ਼ਾ ਦੇ, ਤੇ ਜਿਹੜਾ 25% ਹੋਇਆ ਉਹਨੂੰ 25 ਹਜ਼ਾਰ, ਤੇ ਜਿਹੜਾ ਉਦੋਂ ਥੱਲੇ ਹੋਇਆ ਉਹਨੂੰ 15 ਹਜ਼ਾਰ ਰੁਪਇਆ ਮੁਆਵਜ਼ਾ। ਤੇ ਇਹਦੇ ਨਾਲ ਹੀ ਸਾਡੇ ਜਿਹੜੇ ਮਜ਼ਦੂਰ ਪਰਿਵਾਰ ਹੈ ਉਹਨਾਂ ਨੂੰ ਵੀ, ਜਿਨ੍ਹਾਂ ਦਾ ਚੁੱਲ੍ਹਾ ਖੇਤੀ ਤੋਂ ਚੱਲਦਾ ਹੈ, ਉਹਨਾਂ ਦਾ 10 ਹਜ਼ਾਰ ਰੁਪਇਆ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ
ਉਹਨਾਂ ਨੂੰ ਵੀ ਮੁਆਵਜ਼ਾ ਦੇ। ਸੋ ਸਾਡੀਆਂ ਅੱਜ ਦੀਆਂ ਮੰਗਾਂ ਨੇ ਇਸ ਸੰਘਰਸ਼ ਦੀਆਂ, ਇਸ ਧਰਨੇ ਦੀਆਂ। ਤੇ ਨਹੀਂ ਫੇਰ ਜੇਕਰ ਭਗਵੰਤ ਮਾਨ ਇਸ ਕਿਸਾਨੀ ਤੋਂ ਮੂੰਹ ਮੱਟੂਗਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਪਹਿਲਿਆਂ ਨੂੰ ਇਹਨਾਂ ਲੋਕਾਂ ਨੇ ਖੂੰਜੇ ਲਾਇਆ ਤੇ ਉਵੇਂ ਜਿਵੇਂ ਤੇਰਾ ਵੀ ਕਿਸੇ ਖੂੰਜੇ ਦੇ ਵਿੱਚ ਥਾਂ ਹੋਊਗਾ। ਸੋ ਇਸ ਕਰਕੇ ਤਕੜੇ ਹੋ ਜਾਓ। ਇਹ ਬਰਾਵੋ ਲੜਾਈ ਇੱਥੇ ਆਉਣ ਨਾਲ ਨਹੀਂ ਮੁੱਕਣੀ। ਇਹ ਜਿਹੜੀ ਲੜਾਈ ਇਸ ਤੋਂ ਬਾਅਦ ਹਾੜੀ ਬਦਲਣ ਤੋਂ ਬਾਅਦ ਆਪਾਂ ਨੂੰ ਹੋਰ ਤਿੱਖੀ ਕਰਨੀ ਪੈਣੀ ਹੈ, ਹੋਰ ਪ੍ਰਚੰਡ ਕਰਨੀ ਪੈਣੀ ਹੈ, ਤਾਂ ਜਾ ਕੇ ਆਪਣੇ ਪੰਜ ਪੈਸੇ ਪੂਰੇ ਹੋਣੇ ਹੈ। ਬਹੁਤ ਸਾਰੇ ਲੋਕ ਅੱਜ ਵੀ ਸੋਚਦੇ ਹੈ ਵੀ ਜਿਹੜੇ ਕਿਸਾਨ ਸੰਗਰੂਰ ਗਏ ਹੈ ਉਹ ਮੁਆਵਜ਼ਾ ਲੈ ਕੇ ਆ ਜਾਣਗੇ ਉੱਥੋਂ, ਪਰ ਜਿਹੜੇ ਇਹ ਲੋਕ ਜਿਹੜੀਆਂ ਗੱਲਾਂ ਕਹਿੰਦੇ ਹੋ ਰਹੇ ਕਰਦੇ ਹੋ ਰਹੇ ਜਿਹਨਾਂ ਨੇ ਭਰਾਵੋ 47 ਤੋਂ ਲੈ ਕੇ ਹੁਣ ਤੱਕ ਅੱਗੇ ਦੁਕਾਨ ਵਾਲੇ ਲੋਕਾਂ ਦੇ ਨਾਲ ਘਾੜ ਕੀਤਾ ਤੇ ਉਹਦਾ ਹਿਸਾਬ ਇਹ ਭਰਾਵੋ ਵੋਟ ਬਟੋਰੂ ਪਾਰਟੀਆਂ ਜਾਂ ਸਿਆਸੀ ਰਾਜਨੀਤਿਕ ਪਾਰਟੀਆਂ ਤਾਂ ਵੋਟਾਂ ਦੇ ਨਾਲ ਨਹੀਂ, ਆ ਝੰਡਿਆਂ ਦੇ ਵਿੱਚ ਡੰਡੇ ਤਗੜੇ ਕਰਨੇ ਪੈਣੇ ਹੈ ਤਾਂ ਜਾ ਕੇ ਆਪਣੇ ਪੰਜ ਪੈਸੇ ਪੂਰੇ ਹੋਣੇ ਆ। ਸੋ ਆਓ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਲੜਾਈ ਨੂੰ ਹੋਰ ਪ੍ਰਚੰਡ ਕਰੀਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਨਾਰੇ ਉੱਚੀ ਆਵਾਜ਼ ਦੇ ਵਿੱਚ ਬੁਲੰਦ ਕਰੋ, ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਹਾਏ ਹਾਏ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਜਿੰਦਾਬਾਦ। ਮੰਗ ਮੰਗ ਕੇ ਦੇਖ ਲਿਆ, ਮੰਗ ਮੰਗ ਕੇ ਦੇਖ ਲਿਆ, ਜਦ ਤੱਕ ਦੁਖੀ ਕਿਸਾਨ ਰਹੇਗਾ, ਜਦ ਤੱਕ ਦੁਖੀ ਕਿਸਾਨ ਰਹੇਗਾ। ਹੁਣ ਮੈਂ ਬੇਨਤੀ ਕਰਦਾ ਗੁਰਮੇਲ ਸਿੰਘ ਭਰੋਵਾਲ ਸਹਿਕਾਰਤਾ ਮੰਚ ਪੰਜਾਬ ਨਾਲ ਸੰਬੰਧਿਤ ਆਗੂ ਨੇ ਜ਼ਿਲ੍ਹਾ ਲੁਧਿਆਣਾ, ਉਹ ਕੁਝ ਮਿੰਟਾਂ ਲਈ ਵਿਚਾਰ ਸਾਂਝੇ ਕਰਨਗੇ। ਇਹਨਾਂ ਤੋਂ ਬਾਅਦ ਨੌਜਵਾਨ ਵਿਦਿਆਰਥੀ ਆਗੂ ਨੇ ਯੂਥ ਦੇ ਰਫਤਾਰ ਸਿੰਘ, ਉਹ ਵੀ ਤਿਆਰ ਰਹਿਣਗੇ। ਪੂਰੇ ਪੰਜਾਬ ਦੀ ਆਨ ਤੇ ਸ਼ਾਨ, ਆਓ ਆਪਾਂ ਹਾਜ਼ਰੀ ਲਵਾਈਏ ਉਹ ਨਾਰੇ ਨਾਲ ਜਿਹੜੇ ਨਾਰੇ ਨੇ ਦਿੱਲੀ ਦੀਆਂ ਬਰੂਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਜਦਾ ਕਰਨ ਲਈ ਮਜਬੂਰ ਕੀਤਾ। ਮੇਰਾ ਨਾਰਾ, ਅਸੀਂ ਲੜਾਂਗੇ। ਸਿਰਫ ਦੋ ਨਾਰੇ ਲਾਉਣੇ ਆ, ਤੁਸੀਂ ਕਹਿਣਾ ਅਸੀਂ ਜਿੱਤਾਂਗੇ, ਅਸੀਂ ਲੜਾਂਗੇ। ਬਹੁਤ ਬਹੁਤ ਧੰਨਵਾਦ, ਤੁਹਾਡਾ ਦੇਣ ਦਿੱਤਾ ਨਹੀਂ ਜਾ ਸਕਦਾ। ਅਸੀਂ ਲੜਾਂਗੇ। ਇੱਕ ਗੀਤ ਆ ਜਿਹੜਾ ਲੋਕ ਅਖਾਣ ਬਣ ਗਿਆ, ਜੋ ਚੂਸੇ ਜ਼ਹਿਰ ਪੰਜਾਬ ਦਾ ਕੋਈ ਸੱਦਾ ਜੋਗੀ, ਇੱਥੋਂ ਦੇ ਵੈਦ ਵੀ ਹੋ ਗਏ ਰੋਗੀ, ਇੱਥੋਂ ਦੇ ਵੈਦ ਵੀ ਹੋ ਗਏ ਰੋਗੀ। ਉਹ ਕਿਹੜੇ ਵੈਦ ਆ? ਤੁਸੀਂ ਪਰਸੋਂ ਦੇ ਅਖਬਾਰਾਂ ਚ ਪੜਿਆ ਕੇਂਦਰ ਦਾ ਖੇਤੀ ਕਮਿਸ਼ਨਰ
ਪੀ ਕੇ ਸਿੰਘ ਐਲਾਨ ਕਰ ਰਿਹਾ ਕਿ ਪੂਰੇ ਭਾਰਤ ਵਿੱਚ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਜੇ ਨੁਕਸਾਨ ਹੋਇਆ ਤਾਂ 10% ਤੋਂ ਵੱਧ ਨਹੀਂ, ਉਹ ਵੀ ਪੂਰਾ ਹੋਜੂ। ਜੇ ਜਿਹੜੀ ਮਗਰੋਂ ਕਣਕ ਬੀਜੀ ਆ, ਪਛੇਤੀ ਬਜਾਈ ਆ, ਉਹਦੀ ਵਾਢੀ ਹਜੇ ਹੋਣੀ ਆ, ਤੇ ਸਾਡਾ ਟੀਚਾ 11,22,00,000 ਟਨ ਦਾ ਉਹ ਅਸੀਂ ਪੂਰਾ ਕਰ ਲੈਣਾ। ਉਹਦੇ ਕਹਿਣ ਦਾ ਕੀ ਮਤਲਬ ਆ? ਉਹ ਰੋਗੀ ਬੈਲ ਦਾ ਉਹਨਾਂ ਦਾ ਇਲਾਜ ਕੀ ਆ? ਉਹਨਾਂ ਦਾ ਇੱਕੋ ਹੀ ਇਲਾਜ ਆ, ਤੁਹਾਡਾ ਚੰਡੇ ਚ ਡੰਡਾ। ਉਹ ਫੇਰ ਉਹੀ ਨਾਰਾ ਲਾ ਕੇ ਆਪਾਂ ਆਪਣੀ ਹਾਜ਼ਰੀ ਲਵਾਈ ਆ ਸਾਰੇ, ਅਸੀਂ ਲੜਾਂਗੇ। ਬਹੁਤ ਬਹੁਤ ਧੰਨਵਾਦ ਜੀ। ਇਹਨਾਂ ਤੋਂ ਬਾਅਦ ਰਫਤਾਰ ਸਿੰਘ ਬੋਪਾ ਰਾਏ ਯੂਥ ਆਗੂ ਨੇ, ਉਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਹਨਾਂ ਤੋਂ ਬਾਅਦ ਤਿਆਰ ਰਹਿਣਗੇ ਭੈਣ ਬਲਜੀਤ ਕੌਰ ਰਾਮਪੁਰਾ। ਹੁਣ ਮੈਂ ਬੇਨਤੀ ਕਰਦਾ ਸਾਥੀ ਰਫਤਾਰ ਸਿੰਘ ਬੋਪਾ ਰਾਏ। ਜੇਠ ਬਰੇ ਤਾਂ ਕਾਲਜੇ ਠੰਡ ਪੈਂਦੀ, ਚੇਤ ਬਰੇ ਤਾਂ ਕਾਲਜੇ ਸਾੜ ਪੈਂਦਾ, ਸੌਣ ਲੰਘ ਜੇ ਸੁੱਕਾ ਜੇ ਬਾਰਿਸ਼ਾਂ ਤੋਂ, ਕਿਸੇ ਫਸਲ ਦਾ ਪੂਰਾ ਨੀ ਝਾੜ ਰਹਿੰਦਾ। ਵਧੀਆ ਫਸਲ ਸੀ ਖੇਤਾਂ ਵਿੱਚ ਖੜੀ ਸਾਡੇ, ਰੁੱਤਾਂ ਹੋ ਗਈਆਂ ਬੇਵਿਸ਼ਵਾਸੀਆਂ ਨੇ, ਚੇਤੇ ਵਰ ਰਿਹਾ ਕਣਕਾਂ ਪੱਕੀਆਂ ਤੇ, ਚਿਹਰੇ ਸਾਹਮਣੇ ਤੇ ਛਾਈਆਂ ਉਦਾਸੀਆਂ ਨੇ। ਚੇਤ ਵਰ ਰਿਹਾ ਕਣਕਾਂ ਪੱਕੀਆਂ ਤੇ, ਚਿਹਰੇ ਸਾਰਿਆਂ ਦੇ ਤੇ ਛਾਈਆਂ ਉਦਾਸੀਆਂ ਨੇ। ਜਿੰਨੇ ਵੀ ਮੇਰੇ ਕਿਸਾਨ ਭਰਾ ਮਾਵਾਂ ਭੈਣਾਂ ਇਸ ਮੋਰਚੇ ਦੇ ਵਿੱਚ ਪਹੁੰਚਣੇ, ਸਭ ਤੋਂ ਪਹਿਲਾਂ ਬੁਲਾਈਏ ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਤਿਕਾਰਯੋਗ ਮੇਰੀਆਂ ਮਾਵਾਂ ਤੇ ਸਾਡੀ ਤੁਸੀਂ ਬੇਨਤੀ ਮੰਗੀ, ਜਿਵੇਂ ਮੋਦੀ ਸਰਕਾਰ ਨੇ ਤੁਹਾਡੀ ਤਰਕ ਕੀਤੀ ਸੀ, ਖੰਡੀ ਪ੍ਰਧਾਨ ਸਮਾਨ ਵੀ ਤੁਹਾਡੀ ਤਰਕ ਕਰ ਰਿਹਾ, ਕਰਕੇ ਧੁੱਪ ਦੇ ਵਿੱਚ ਤੱਤੀ ਛੱਤ ਦੇ ਉੱਤੇ ਤੁਸੀਂ ਬੈਠੋ, ਮੈਂ ਤੁਹਾਨੂੰ ਸਲਾਮ ਕਰਦਾ, ਸਿਰ ਝੁਕਾਉਣਾ। ਜਿੱਥੋਂ ਤੱਕ ਫਸਲ ਦੇ ਖਰਾਬੇ ਦੀ ਗੱਲ ਆ, ਮੈਂ ਨਾਂ ਦਿਖਾਵਾਂ, 50,000-25,000 ਜੇ ਬੀਮਾ ਸਾਡਾ ਕਰਨਾ, ਜਿਹੜੀ ਕੁਦਰਤੀ ਆਪ ਤਫਾਂਦਾ ਉਹਦੇ ਤੇ ਸਰਕਾਰ ਕਿਸ਼ਤਾਂ ਭਰੇ, ਕਿਉਂਕਿ ਪਹਿਲਾਂ ਮੋਦੀ ਸਰਕਾਰ ਨੇ ਵੀ
ਸਾਡੀਆਂ ਫਸਲਾਂ ਦਾ ਬੀਮਾ ਕੀਤਾ ਸੀਗਾ, ਸਾਡੇ ਕਿਸਾਨਾਂ ਤੋਂ ਪੈਸੇ ਬਟੋਰੇ ਗਏ, ਉਹਨਾਂ ਦੀਆਂ ਸ਼ਰਤਾਂ ਕੀ ਸੀ? ਕਹਿੰਦੇ ਜੇ ਸਾਰਾ ਦੇ 100% ਹੋਇਆ ਕਰੂ ਕਰਾਪਾ ਤਾਂ ਫੇਰ ਅਸੀਂ ਮੁਲਾਜ਼ਮਾਂ ਦਿਆ ਕਰਾਂਗੇ, ਨਾ ਸਾਰਾ ਮਾਪੇ ਇਕੱਠਾ ਹੋਵੇ ਤੇ ਨਾ ਰਾਣਾ ਨੱਚੇ, ਨਾ ਤਾਂ ਸਾਰੇ ਦੇ 100% ਕਰਾਪਾ ਹੋਣਾ ਤੇ ਨਾ ਮੁਲਾਜ਼ਮਾਂ ਦਾ ਮਿਲਿਆ ਕਿਸੇ ਨੂੰ ਜਵਾਨੀ ਨਹੀਂ ਦਿੱਤੀ ਖਰਪੜ ਪੀਆ ਆਪਦੇ ਚਾਰਾਂ ਨੂੰ ਮਤਲਬ ਤੋੜ ਤੋੜ ਉਹਨਾਂ ਦੀਆਂ ਤਿਲੋਰੀਆਂ ਭਰ ਸਕਣਾ ਸਰਕਾਰ ਕਰੇ ਆਪ ਬਣਦੇ ਦੂਜੀ ਗੱਲ ਮਾਨ ਸਾਹਿਬ ਮੇਰੇ ਕੋਲ ਤੇਰੀ ਵੀਡੀਓ ਪਈ ਆ ਐਮਐਲਏ ਦੀ ਵੀਡੀਓ ਪਈ ਆ ਸਾਨੂੰ ਭੁਲੇਖਾ ਵੀ ਸੀ ਤੁਸੀਂ ਇਨਕਲਾਬ ਦਾ ਨਾਂ ਲਾ ਕੇ ਉਹ ਸਾਨੂੰ ਨਾਲੇ ਦਾ ਪਤਾ ਸੀ ਕਿ ਕੰਮ ਕਰਾਇਆ ਸਾਮਰਾਜ ਪਾਕਿਸਤਾਨ ਸਰਵੋਪਰੀ ਜਵਾਬ ਦੀ ਤੁਸੀਂ ਸੇਵਾ ਕਰਨੀ ਹੈ ਇੱਕ ਵੀ ਉੱਠ ਕੇ ਬਚਦਾ ਕੋਈ ਮਾਂ ਸਰਕਾਰ ਦੱਸੇ ਫਿਰ ਸਾਮਰਾਜ ਕੋਟਾ ਵਾਟਾ ਨਾਰਾ ਲਾਵੇ ਦੇ ਗੁਰੂ ਨੇ ਤੇ ਮਾਨ ਨੇ ਸਮਾਜ ਦਾ ਮੋਟਾ ਵਾਟਾ ਨਾਰਾ ਲਾ ਹੋਏ ਫਿਰ ਤੁਸੀਂ ਭਾਸ਼ਣ ਦੇ ਵਾਚਕ ਤੋਂ ਆ ਗਏ ਵੀ ਕਿੱਥੋਂ ਆ ਗਏ ਭਾਸ਼ਣ ਦੇ ਵਾਚ ਤੁਸੀਂ ਕਾਬਲ ਘਰਾਣੇ ਦੇ ਵਾਚ ਤੁਸੀਂ ਬਾਨੀਆਂ ਦੇ ਵਾਚ ਉਹਨਾਂ ਦੀ ਸੇਵਾ ਚ ਲੱਗੇ ਹੋਏ ਆ ਵੋਟਾਂ ਵੇਲੇ ਵੋਟਾਂ ਚ ਤੁਹਾਨੂੰ ਕੋਈ ਪੁੱਛਦਾ ਨੀ ਸੀ ਆ ਲੋਕ ਜਿਨ੍ਹਾਂ ਨੇ ਇੱਕ ਸਾਲ 13 ਮਹੀਨੇ ਮੋਦੀ ਦੇ ਨੱਕ ਚ ਦਾਂ ਲਿਆ ਕੇ ਰੱਖਿਆ ਕਾਂਗਰਸੀਆਂ ਨੂੰ ਪਾਤਰਾ ਪਈਆਂ ਕਾਂਗਰਸੀਆਂ ਨੂੰ ਪਾਤਰਾ ਪਈਆਂ ਸਾਰੀਆਂ ਪਾਰਟੀਆਂ ਦੇ ਪੋਤਰੇ ਫੋੜੋ ਤੇ ਇਹ ਕਿਸਾਨ ਪੱਕੀ ਨੀ ਇਹ ਤੁਹਾਡੀ ਜ਼ਮੀਨ ਖੋਹਣ ਵਾਲੇ ਦੇ ਪੱਕੀ ਹੈ ਮਾਂ ਤੇਰਾ ਸਾਡਾ ਉਸ ਵਿਰੋਧ ਚ ਤਾਰ ਲੱਗ ਗਿਆ ਤੇ ਤਾਰ ਲਾ ਕੇ ਚੋਣਾਂ ਦਾ ਪਹਿਲਾਂ ਅਨੋਸ ਕਹਿੰਦੀ ਸੀ ਆਪਣੀ ਐਮਐਲਏ ਸਾਹਿਬ ਕਿ 5 ਮਿੰਟਾਂ ਚ ਐਮਐਸਪੀ ਦੇਵਾਂਗੇ ਤੇ ਤੁਲਾ ਕੁਰਸੀ ਸਾਡਾ ਹੁਣ ਕੀ ਬੋਲਦੀ ਹੈ ਕਹਿੰਦੀ ਵੇਖੋ ਗਲਤੀ ਹੋ ਗਈ ਕਾਹਲੀ ਚ ਬੋਲਿਆ ਗਿਆ ਉਹ ਇਹੀ ਤਾਂ ਝੂਠ ਹੈ ਇਹ ਮੋਦੀ ਵੀ ਬੋਲਦਾ ਬਾਦਲ ਵੀ ਬੋਲਦਾ ਚੱਕਰ ਵੀ ਬੋਲਦਾ ਵੋਟਾਂ ਵੇ ਕੁਛ ਤੇ ਜਦੋਂ ਰਾਜ ਸਭਾ ਦੇ ਉੱਠੇ ਵੇ ਕੁਛ ਮਾਂ ਤੇਰੀ ਵੀਡੀਓ ਨਹੀਂ ਪਈ ਕਿ ਅਸੀਂ ਦਿੱਲੀ ਦੇ ਵਿੱਚ ਕੈਪਟਨ ਕੀ ਨਹੀਂ ਕਰ ਸਕਦਾ ਉਹ ਕਰਨਾ ਚਾਹੀਦਾ ਮੇਰਾ ਕੇਜਰੀਵਾਲ ਗੁਰੂ ਨੇ 1 ਕਰੋੜ ਕਿੰਨੇ 2 ਕਰੋੜ ਪਾਸੇ ਰੱਖਦੇ 2600 ਰੁਪਇਆ ਕਣਕ ਦਾ ਦੇਤਾ ਹੁਣ ਤੇਰੇ ਵੀ ਮਿਰਚਾਂ ਵਰਗੀਆਂ ਉਹ ਤੂੰ 15 ਵਰਗੀ ਜਾਂਦੇ
ਠੇਕਾ 5000 ਠੇਕਾ 5000 ਕਿਤੇ 70000 ਆਪੂ ਫਸਲਦਾ ਤਾਂ ਕੀ ਆਪਾਂ ਠੇਕਾ ਯਾਰ ਕਿਸਾਨ ਜਿਹਨਾਂ ਨੂੰ ਕਹਿੰਦੇ ਸੀਗੇ ਸੜਕਾਂ ਤੇ ਕਿਸਾਨ ਨਹੀਂ ਆਉਣਗੇ ਮੇਰੇ ਪੰਜਾਬ ਦੇ ਲੋਕ ਧਰਨਾ ਲਾਉਣਾ ਭੁੱਲ ਜਾਣਗੇ ਧਰਨਾ ਲਾਉਣਾ ਤਾਂ ਨਹੀਂ ਭੁੱਲੇ ਪਰ ਬਾਦਲ ਵਾਲੀਆਂ ਟਾਂਕਾਂ ਜ਼ਰੂਰ ਤੇਰੀਆਂ ਫਰਜ਼ੀਆਂ ਸਾਡੇ ਜਾਲ ਆ ਗਈਆਂ ਕਿਸਾਨਾਂ ਨੂੰ ਤੱਤੀਆਂ ਸੜਕਾਂ ਚੋਰੀ ਆ ਚੋਰੀ ਚੋਰੀ ਮੋਦੀ ਨੇ ਆਹ ਕੁਛ ਕੀਤਾ ਸੀਗਾ ਦਿੱਲੀ ਵੱਲੋਂ ਇਹ ਅੱਤਵਾਦੀ ਹੈ ਇਹ ਵੱਖਵਾਦੀ ਹੈ ਇਹ ਮਾਓਵਾਦੀ ਹੈ ਪਾਕਿਸਤਾਨ ਚੋਂ ਪੈਸਾ ਆਉਂਦਾ ਚੀਨ ਚੋਂ ਪੈਸਾ ਆਉਂਦਾ ਕਿਤੇ ਕੁੜੀਆਂ ਨੂੰ ਅੱਗਾਂ ਲਾ ਦੀਆਂ ਕਿਤੇ ਪਰਜੀਵੀ ਹੈ ਕਿਤੇ ਜੀਵੀ ਹੈ ਅਸੀਂ ਉਹਦੀ ਚਾਲ ਨੀ ਫੇਲ ਹੋ ਕੋਈ ਚੱਲਣ ਦਿੱਤੀ ਸਾਰੀਆਂ ਚਾਲਾਂ ਫੇਲ ਕੀਤੀਆਂ ਮੋਦੀ ਸਰਕਾਰ ਦੇ ਕਦੋਂ ਪੰਜਾਬ ਪੰਜਾਬੀਆਂ ਨੂੰ ਕੁਚਲਿਆ ਜਾਵੇ ਕਿਉਂਕਿ ਪੰਜਾਬ ਦਾ ਇਤਿਹਾਸ ਹੈ ਸਹੀਆਂ ਪੁਰਾਣਾ ਚਲੋ ਧਾੜਵੀ ਆਪਣੇ ਆਏ ਨੇ ਪੰਜਾਬ ਨੇ ਨੱਕ ਮੋੜਿਆ ਤੇ ਗੁਜਰਾਤ ਦਾ ਮੋਤੀ ਮਾਦੇ ਉੱਥੋਂ ਦੀ ਲੰਘ ਕੇ ਆਉਂਦੇ ਨੇ ਤੇ ਗਦਾਰੀਆਂ ਕਰਦੇ ਹੋਏ ਆ ਅੱਜ ਉਹਨਾਂ ਦੇ ਖੂਨ ਹੋ ਰਿਹਾ ਕਿਉਂਕਿ ਪੰਜਾਬ ਨੂੰ ਕੁਚਲਿਆ ਸਾਰੇ ਭਾਰਤ ਨੂੰ ਕੁਚਲਿਆ ਭਾਰਤ ਚ ਮੇਰੇ ਖਿਲਾਫ਼ ਫੈਸਲਾ ਲਿਆ ਇੱਕ ਪੰਜਾਬੀ ਹੈ ਆ ਮਾਨਿਆ ਜੀ ਕੋਟੀ ਮੂਰੇ ਆਏ ਦੇ ਬੈਨਰ ਲਾ ਕੇ ਜਿਹੜਾ ਤੂੰ ਕਹਿੰਦਾ ਸੀਗਾ ਮੈਂ ਕੋਟੀ ਮੂਰੇ ਬੈਨਰ ਨਹੀਂ ਲਾਊਂਗਾ ਲੋਕਾਂ ਦਾ ਕੀ ਡਰ ਹੈ ਜਿਹੜੇ ਲੋਕਾਂ ਦੇ ਆਗੂ ਉਹ ਲੋਕਾਂ ਤੋਂ ਡਰਦੇ ਨੀ ਆਪਣੀਆਂ ਫਸਲਾਂ ਬਰਬਾਦ ਕਰਾ ਲੈਂਦੇ ਕੁਦਰਤੀ ਆਫ਼ਤਾਂ ਦੇ ਨਾਲ ਉਹਨਾਂ ਤੋਂ ਤੈਨੂੰ ਖਤਰਾ ਹੋਇਆ ਖੜਾ ਪੰਜਾਬੀ ਧੱਕਾ ਕਰਦੇ ਨੇ ਤੇ ਨਾ ਧੱਕਾ ਸਹਿੰਦੇ ਨੇ
ਨਾ ਈਦ ਮਨਾਉਂਦੇ ਨੇ ਤੇ ਨਾ ਈਦ ਮੰਨਦੇ ਨੇ। ਸਾਡੇ ਖੂਨ ਦੇ ਵਿੱਚ ਆ, ਸਾਡੇ ਪਿਛੋਕੜ ਦੇ ਵਿੱਚ ਆ, ਸਾਡੀ ਵਿਰਾਸਤ ਦੇ ਵਿੱਚ ਆ। ਹੁਣ ਚੁੱਪੀ ਕਰ ਚਾਹੀਦਾ ਤਾਂ ਇਹ ਸੀਗੇ, ਇਹ ਘੱਟੋ ਘੱਟ 50,000 ਰੁਪਇਆ 20,000 ਠੇਕੇ ਦਾ ਕੱਢ ਦੇ ਤੂੰ 35, ਮਗਰ ਕਿੰਨਾ ਰਹੇਗਾ 15,000 ਰਹੇਗਾ। 15,000 ਚ ਜਿਹੜਾ ਤੂੰ ਕਹਿੰਦੇ ਕਿ ਮੈਂ ਜੱਟ ਦਾ ਪੁੱਤ ਹੈ, ਮੈਨੂੰ ਨੀ ਲੱਗਦਾ ਤੂੰ ਜੱਟ ਦਾ ਪੁੱਤ ਹੈ। ਤੂੰ ਤਾਂ ਕਿਸੇ ਅਬਾਨੀ ਦਾ, ਕਿਸੇ ਵੱਡੇ ਕੌਮੀ ਚੱਜ ਦਾ, ਇਸ ਬ੍ਰਾਂਡ ਨੂੰ ਚਲਾਉਣ ਵਾਲਿਆਂ ਦਾ ਮੈਨੂੰ ਤਾਂ ਸ਼ੱਕ ਪੈਂਦਾ ਉਹਨਾਂ ਦਾ ਪੁੱਤ ਹੈ ਤੂੰ। ਜੇ ਜੱਟ ਦਾ ਪੁੱਤ ਹੁੰਦਾ, ਕਿਸਾਨ ਦਾ ਪੁੱਤ ਹੁੰਦਾ ਤਾਂ ਤੂੰ ਕਹਿੰਦਾ ਕਿ 15,000 ਚ ਕਣਕ ਆ ਜੂ, 15,000 ਚ ਤੂੜੀ ਆ ਜੂ। ਇਹ ਜਖਮਾਂ ਤੇ ਲੂਣ ਨੀ ਪੁੱਛਦਾ ਤਾਂ ਹੋਰ ਕੀ ਕਰਦਾ। ਅਸੀਂ ਤੈਨੂੰ ਉੱਥੇ ਰਾਮ ਨਿਕਲਣਾ ਚਾਹੁੰਦੇ ਹਾਂ, ਮੇਰਾ ਟਾਈਮ ਹੋ ਗਿਆ। ਨਾ ਸਿਰ ਚੁਕਾ ਕੇ ਚੋਣਾਂ ਸਿੱਕੀਆਂ, ਨਾ ਸਿੱਕੀਏ ਪੰਜਾਬ ਦਾ ਪਿਆਰ ਸਿਰਜਾਂਗੇ। ਤੂੰ ਜਿਹੜੀ ਖੇਡ ਗੰਦੀ ਖੇਡ ਰਿਹਾ ਮੋਦੀ ਨਾਲ ਰਲ ਕੇ, ਮੋਦੀ ਨੇ ਜਿਹੜੀ ਕਾਹਦੀ ਲਿਆ ਸੀ ਪਹਿਲਾਂ ਹੀ ਜਾ ਕੇ ਉੱਥੋਂ ਨੀ ਫੌਜੀ ਦੀਆਂ ਪਰਚੀਆਂ ਲਿਆ ਕੇ ਉਹਦੇ ਨਾਲ ਮਿਲ ਕੇ ਪੰਜਾਬ ਚ ਲਾ ਦੀਆਂ। ਪੰਜਾਬ ਚ ਦੱਸ ਕਿਹੜਾ ਮਾਹੌਲ ਖਰਾਬ ਸੀ? ਸਾਨੂੰ ਤਾਂ ਕਦੇ ਤੀਰਾ ਨਿਗਾਹ ਕਿਸਾਨਾਂ ਨੂੰ ਪੰਜਾਬ ਚ ਮਾਹੌਲ ਖਰਾਬ, ਇਹ ਮਾਹੌਲ ਖਰਾਬ ਹੋ ਸੀਗਾ। ਤੈਨੂੰ ਪਤਾ ਸੀ ਮੋਦੀ ਨੂੰ ਤੇ ਤੈਨੂੰ ਸਾਡੀ ਸੰਗੀ ਬਣਨਗੇ ਕਿਸਾਨ, ਜਿਹੜੇ ਝੂਠੇ ਵਾਅਦੇ ਕਰਕੇ ਗਏ ਐਮਐਲਏ ਦੇ ਨਾਲ। ਉਹਨੂੰ ਪਤਾ ਸੀ ਕਿ ਮੈਨੂੰ ਸਮਝੌਤਾ ਲਾਗੂ ਕਰਾਉਣ ਵਾਸਤੇ ਦਿੱਲੀ ਦੀ ਸਾਡੀ ਚਾਲ ਨੂੰ ਫੇਰ ਕਰਕੇ ਉਹਨੂੰ ਇਤਿਹਾਸ ਕਰਤ ਕਰਕੇ ਹੈ। ਆਉਣ ਵਾਲੇ ਸਮੇਂ ਚ ਦਿੱਲੀ ਫੇਰ ਮੋਰਚੇ ਲਾਉਣਗੇ। ਬਾਪੂ ਵੇਖਦਾ ਨਹੀਂ ਤੂੰ ਬੈਠ ਕਹਿੰਦੇ, ਕਿਵੇਂ ਤਰਨ ਜੁਝਾਰ ਅਜੀਤ ਤੇਰੇ, ਚੁੱਪੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ। ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਲੈਣ ਵਾਸਤੇ ਭਗਵੰਤ ਮਾਨ ਦਾ ਪਿੱਠ ਛਿਪਾ ਕਰਨ ਪਹੁੰਚੇ ਕਿਸਾਨ ਭਰਾਵੋ ਤੇ ਭੈਣੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਕੁਛ ਹੋਇਆ, ਕਿੰਨੇ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ, ਗੜੇਮਾਰ ਹੋਈ ਹੈ। ਆਹ ਫਾਜ਼ਿਲਕਾ ਦੇ ਵਿੱਚ ਬਾਗ ਬਣਾਉਣੇ ਨੇ, ਬਾਗਾਂ ਦੇ ਬਾਗ ਭਟਕੇ ਪਾਣੀ ਦੇ ਵਿੱਚ ਜਿੰਨੀਆਂ ਫਸਲਾਂ ਦੀਆਂ ਪੱਲਰਾਂ ਹਰੀਆਂ ਹੋ ਗਈਆਂ, ਸਾਰਾ ਫਲਾਂ ਚ ਹਰੀ ਹੋ ਗਈ, ਗੜਿਆਂ ਨੇ ਤੂੜੀ ਦਾ ਪੂਰਾ ਕਣਕਾਂ ਦਾ ਨਾਲ ਭਰ ਕੇ ਕਣਕਾਂ ਲੰਮੀਆਂ ਪਾ ਦਿੱਤੀਆਂ। ਇਹਨਾਂ ਕਣਕਾਂ ਨਾਲ ਪਿਛਲਾ ਕਰਜ਼ਾ ਮੋੜਨਾ ਸੀ, ਜਵਾਕਾਂ ਦੀ ਫੀਸ ਭਰਨੀ ਸੀ, ਐਵੇਂ ਜਮਾਤਾਂ ਦੇ ਦਾਖਲੇ ਭਰਨੇ ਸੀ, ਬਜ਼ੁਰਗਾਂ ਵਾਸਤੇ ਦਵਾਈ ਆਉਣੀ ਸੀ, ਘਰ ਦਾ ਸੌਦਾ ਪੱਤਾ ਆਉਣਾ ਸੀ, ਤੇ ਸਾਰਾ ਕੁਛ ਉਹਨਾਂ ਦਾ ਕੀ ਬਣੂਗਾ? ਡਿਪਰੈਸ਼ਨ ਹੋਇਆ ਪਿਆ ਬੰਦਿਆਂ ਨੂੰ। ਆਉਣ ਵਾਲੇ ਝੋਨੇ ਦੀ ਬੀਜ ਬਜਾਈ ਕਰਨੀ ਆ,
ਪੀ ਚਾਹੀਦਾ, ਰੇਹ ਚਾਹੀਦਾ, ਦਵਾਈਆਂ ਚਾਹੀਦਾ ਸਪਰੇਹਾਂ ਵਾਸਤੇ, ਕਿੱਥੋਂ ਕਿੱਥੋਂ ਇੰਤਜ਼ਾਮ ਕਰਾਂਗੇ? ਤੇ ਕੇਂਦਰ ਦਾ ਕੋਈ ਕੰਜਰ ਮੰਤਰੀ ਬੋਲਦਾ ਬਈ ਫਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ, ਮੈਂ ਤੁਹਾਨੂੰ ਪੁੱਛੂਗਾ ਹੋਇਆ ਕਿ ਨਹੀਂ ਹੋਇਆ? ਜੇ ਤਾਂ ਹੋਇਆ ਤਾਂ ਕਹਿੰਦੇ ਹੋਇਆ, ਤੇ ਜੇ ਨਹੀਂ ਹੋਇਆ ਤਾਂ ਕਹੋ ਫਿਰ ਨਹੀਂ ਹੋਇਆ। ਹਾਂ ਬਈ ਹੋਇਆ ਕਿ ਨਹੀਂ ਹੋਇਆ? ਹੋਇਆ ਕਿ ਨਹੀਂ ਹੋਇਆ? ਆ ਦੇਖ ਲੋ ਝੂਠ ਦੇ ਪੁੱਤੋ, ਆ ਧਰਮ ਦੇ ਪੁੱਤੋ, ਇਸ ਵਿੱਚ ਬੈਠ ਬੈਠ ਕੇ ਸਾਡੀ ਗੁਰਦੁਆਰਾ ਦਾ ਨਜ਼ਾਰਾ ਲੈਣ ਵਾਲੇ ਕੰਜਰੋ, ਆ ਪੰਜਾਬ ਦੇ ਵਿੱਚ ਆ ਕੇ ਦੇਖੋ ਉਹ ਕਿਵੇਂ ਕਣਕਾਂ ਗੜੀਆਂ ਮਾੜਾ ਜਿਹਾ ਸਮਾਂ ਜੜ ਬਾਹਰ ਆ ਜਾਂਦੀਆਂ, ਤੇ ਤੁਸੀਂ ਕਹਿੰਦੇ ਹੋ ਨੁਕਸਾਨ ਨਹੀਂ ਹੋਇਆ, ਤੇ ਹੋਇਆ ਕਿਹਦਾ ਨੁਕਸਾਨ? ਤੁਹਾਡੇ ਮਾਤਾ ਤੁਹਾਡਾ ਪਿਓ ਕੰਮੂ ਦੀਦਾ ਤੁਹਾਨੂੰ ਜਿਹਨਾਂ ਫਸਲਾਂ ਕਰਕੇ ਲੋਕਾਂ ਨੂੰ ਲੱਖਾਂ ਕਰੋੜ ਦਾ ਘਾਟਾ ਪੈ ਗਿਆ, ਤੇ ਕਿਸਾਨਾਂ ਦਾ ਨੁਕਸਾਨ ਤੁਹਾਨੂੰ ਦੀਦਾ ਨਹੀਂ? ਜਿਹੜੀਆਂ ਤੁਹਾਡੀਆਂ ਗੋਡੀਆਂ ਲਾਈਆਂ ਸੀ ਨਾ ਦਿੱਲੀ ਬਾਰਡਰਾਂ ਤੇ, ਉਹ ਤੁਹਾਨੂੰ ਨੀਂਦ ਨਹੀਂ ਆਉਂਦੀਆਂ, ਤੇ ਤੁਸੀਂ ਸਾਡੋਂ ਬਦਲਾ ਲੈਣ ਦੀਆਂ ਗੱਲਾਂ ਕਰਦੇ ਹੋ, ਸਾਡੇ ਦੁੱਖ ਦਰਦਾਂ ਮਜ਼ਾਕ ਉਡਾਉਂਦੇ ਹੋ। ਪੜਿਆ ਵਿਚਾਰ ਨੂੰ ਆਉਂਦਾ ਇਹ ਲੰਡੂਆਂ ਦਾ ਕੜਾ ਨਹੀਂ ਜਿਹੜਾ ਡੋਈ ਨੂੰ ਲੱਗੀ ਉਹ ਪਾਸਾ ਕਰਕੇ ਛੱਡਾਂਗੇ, ਜਿਵੇਂ ਪਹਿਲਾਂ ਗੋਡੀਆਂ ਲਾਈਆਂ ਗੋਡੀਆਂ ਲਾ ਕੇ ਛੱਡਾਂਗੇ। ਮਾਰ ਕਰਕੇ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਆ ਕੇ ਇਹਦਾ ਪਿੱਟ ਸਿਆਪਾ ਕਰਦੇ ਪਏ ਹਾਂ, ਤਾਂ ਇਸ ਸਟੇਜ ਤੋਂ ਅਸੀਂ ਐਲਾਨ ਕਰਦੇ ਹਾਂ ਕਿ ਭਗਵੰਤ ਮਾਨ ਸਿਆ ਤੂੰ ਅੱਜ ਤੱਕ ਦੇ ਜਿੰਨੇ ਵੀ ਮੁੱਖ ਮੰਤਰੀ ਪੰਜਾਬ ਦੇ ਹੋਏ ਨੇ ਉਹਨਾਂ ਸਾਰਿਆਂ ਨਾਲੋਂ ਸਿਰੇ ਦਾ ਤੂੰ ਠੱਗ, ਚੋਰ ਤੇ ਬੇਈਮਾਨ ਨਿਕਲਿਆ ਹੈ, ਤੂੰ ਸਾਰਿਆਂ ਨੂੰ ਕਰੋਸ ਕਰਕੇ ਸਾਰਿਆਂ ਤੋਂ ਪਹਿਲੇ ਨੰਬਰ ਤੇ ਪਹੁੰਚ ਗਿਆ। ਇਮਾਨਦਾਰੀ ਸਾਡੇ ਲਈ, ਕਿਸਾਨਾਂ ਤੇ ਮਜ਼ਦੂਰਾਂ ਲਈ ਕਦੇ ਵੀ ਕਿਸੇ ਨੇ ਵੀ ਨਹੀਂ ਨਵਾਈ, ਗਲਤੀਆਂ ਕੀਤੀਆਂ ਨੇ, ਗੁਨਾਹ ਕੀਤੇ ਨੇ ਸਾਡੇ ਨਾਲ, ਪਰ ਭਗਵੰਤ ਮਾਨ ਨੇ ਗਲਤੀਆਂ ਤੇ ਗੁਨਾਹਾਂ ਤੋਂ ਵੱਧ ਕੇ ਇੱਕ ਪਾਪ ਕੀਤਾ ਹੈ ਪੰਜਾਬ ਦੇ ਲੋਕਾਂ ਦਾ, ਪਾਪ ਕੀਤਾ ਪੰਜਾਬ ਦੇ ਲੋਕਾਂ ਨਾਲ। ਕਿਵੇਂ? ਜਦੋਂ ਇਹ ਵੋਟਾਂ ਸੀ ਨਾ, ਵੋਟਾਂ ਤੋਂ ਪਹਿਲਾਂ ਸਾਡੇ ਆਮ ਕਿਸਾਨ ਕਹਿੰਦੇ ਸੀ ਪ੍ਰਧਾਨ ਜੀ ਕਿੰਨੋ ਵੋਟ ਪਾਈਏ, ਤਾਂ ਸਾਡਾ ਜਵਾਬ ਹੁੰਦਾ ਸੀ ਜਿਹਨੂੰ ਮਰਜ਼ੀ ਪਾ ਲਓ ਵੋਟ ਦੀ ਕੋਈ ਗੱਲ ਨਹੀਂ ਜੀ, ਅਸੀਂ ਕਿਸੇ ਨੂੰ ਕਹਿਣਾ ਨਹੀਂ, ਅਸੀਂ ਕਿਸੇ ਨੂੰ ਰੋਕਣਾ ਨਹੀਂ, ਵੋਟ ਜਿਹਨੂੰ ਮਰਜ਼ੀ ਪਾ ਲਓ, ਪਰ ਇੱਕ ਨਾਲ ਕੰਮ ਕਰਿਆ ਜੇ, ਉਮੀਦ ਨਾ ਰੱਖਿਆ ਜੇ ਇਹਨਾਂ ਤੋਂ ਕਿ ਵੋਟ ਪਾ ਕੇ ਕਿਸੇ ਵੀ ਨਵੇਂ ਚਿਹਰੇ ਨੂੰ ਚੁਣ ਕੇ ਤੁਹਾਡੀਆਂ ਮਸਲੇ ਮੰਗਾਂ ਹੱਲ ਹੋ ਜਾਣਗੇ, ਉਮੀਦ ਨਾ ਰੱਖਿਆ ਜੇ ਵੋਟ ਜਿਹਨੂੰ ਮਰਜ਼ੀ ਪਾਓ। ਜਿਹਨਾਂ ਨੇ ਉਮੀਦ ਰੱਖੀ ਅੱਜ ਉਹਨਾਂ ਦੀ ਉਮੀਦ ਟੁੱਟੀ ਤਾਂ ਉਹਨਾਂ ਨੂੰ ਦੁੱਖ ਲੱਗ ਰਿਹਾ ਹੈ, ਕਿਉਂਕਿ ਪਿੱਛੇ ਵੀ ਇਲੈਕਸ਼ਨ ਹੁੰਦੇ ਰਹੇ, ਚੋਣਾਂ ਹੁੰਦੀਆਂ ਰਹੀਆਂ, ਲੋਕ ਨਿੱਕੇ ਨਿੱਕੇ ਲਾਲਚਾਂ ਦੇ ਬਸ ਵੋਟਾਂ ਪਾਉਂਦੇ ਰਹੇ, ਕਿਸੇ ਨੇ ਖਾ ਲਿਆ, ਕਿਸੇ ਨੇ ਪੀ ਲਿਆ, ਕਿਸੇ ਨੇ ਨਕਦ ਲੈ ਲਏ, ਕਿਸੇ ਨੇ ਸਰਪੰਚੀ ਦਾ ਲਾਰਾ, ਕਿਸੇ ਮੈਂਬਰੀ ਦਾ ਲਾਰਾ, ਲੋਕ ਪਾਉਂਦੇ ਰਹੇ ਵੋਟਾਂ। ਪਰ ਆਹ ਜਿਹੜਾ ਕਿਸਾਨ ਸੰਘਰਸ਼ ਦੀ ਜਿੱਤ ਤੋਂ ਬਾਅਦ ਇਲੈਕਸ਼ਨ ਹੋਇਆ ਜਿਹਦੇ ਚ ਆਮ ਆਦਮੀ ਪਾਰਟੀ ਜਿੱਤੀ, ਇਸ ਇਲੈਕਸ਼ਨ ਦੇ ਵਿੱਚ ਉਹਨਾਂ ਲੋਕਾਂ ਨੂੰ ਤੁਸੀਂ ਐਮ ਐਲ ਏ ਬਣਾਇਆ,
ਜਿਹੜੇ ਲੋਕ ਦੇ ਪਿੰਡ ਦੇ ਕਲੱਬ ਦੇ ਮੈਂਬਰ ਤੱਕ ਵੀ ਨਹੀਂ ਸੀ ਬਣੇ। ਜਿਹੜੇ ਸਾਡੇ ਆਮ ਕਿਸਾਨ ਸੀ ਕਹਿੰਦੇ ਨੇ ਵੇਖੋ ਜੀ ਆਹ ਕਿੱਡੀ ਇਮਾਨਦਾਰ ਸਰਕਾਰ ਆ ਗਈ। ਪਹਿਲਾਂ ਕਹਿੰਦੇ ਸੀ ਕਿ ਐਮ ਐਲ ਏ ਨਾ ਰੇਤਾ ਵੇਚਦੇ ਨੇ, ਨਾ ਥਾਣਿਆਂ ਚੋਂ ਹਿੱਸਾ ਲੈਂਦੇ ਨੇ, ਨਾ ਤਹਿਸੀਲਦਾਰਾਂ ਤੋਂ ਹਿੱਸਾ ਲੈਂਦੇ ਨੇ। ਇਹ ਐਮ ਐਲ ਏ ਚੰਗੇ ਨੇ, ਸਰਕਾਰ ਚੰਗੀ ਏ, ਆਗੂ ਚੰਗੇ ਨੇ, ਆਪਾਂ ਬਹੁਤ ਖੁਸ਼ੀ ਕਿ ਨਵੀਂ ਸਰਕਾਰ ਚੋਣ ਲਈ। ਪਰ ਐਸਾ ਕੁਛ ਨਹੀਂ ਸੀ। ਉਹ ਵਿਚਾਰੇ ਅਜੇ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਕਿ ਅਸੀਂ ਐਮ ਐਲ ਏ ਬਣ ਗਏ ਆ। ਅਜੇ ਤੱਕ ਤਾਂ ਵਿਚਾਰਿਆਂ ਨੂੰ ਇਹ ਲੱਗਦਾ ਸੀ ਕਿ ਕੁਛ ਸੁਪਨਾ ਆਉਂਦਾ ਪਿਆ ਏ, ਕਿਉਂਕਿ ਜਿਹਨਾਂ ਨੂੰ ਕਦੇ ਗਲੀ ਦੇ ਵਿੱਚ ਕਿਸੇ ਨੇ ਗਲੀ ਦੇ ਕਿਸੇ ਪ੍ਰੋਗਰਾਮ ਦਾ ਵੀ ਆਗੂ ਨਹੀਂ ਸੀ ਥਾਪਿਆ, ਤੁਸੀਂ ਉਹਨਾਂ ਨੂੰ ਐਮ ਐਲ ਏ ਬਣਾ ਕੇ ਭੇਜਤਾ। ਤਾਂ ਰੋਜ਼ ਸਵੇਰੇ ਉੱਠਦੇ ਸੀ, ਮੈਂ ਅੱਗੇ ਵੀ ਗੱਲ ਕੀਤਾ, ਘਰ ਵਾਲੀ ਨੂੰ ਕਹਿੰਦੇ ਸੀ ਵੀ ਮੈਨੂੰ ਚੂਨੀ ਵੱਢ, ਘਰ ਵਾਲੀ ਤੋਂ ਚੂਨੀ ਵੜਾ ਕੇ ਫਿਰ ਕਹਿੰਦੇ ਸੀ ਵੀ ਨਹੀਂ ਸੁਪਨਾ ਨਹੀਂ ਸੱਚੀ ਆਪਾਂ ਐਮ ਐਲ ਏ ਬਣ ਗਏ ਆ। ਤਾਂ ਵਿਚਾਰਿਆਂ ਨੇ ਆ 7-8 ਮਹੀਨੇ ਇਹ ਸਮਝਣ ਚ ਹੀ ਲਾਤਾ ਕਿ ਅਸੀਂ ਐਮ ਐਲ ਏ ਬਣ ਗਏ ਆ। ਤੇ ਆਹ ਜਿਹੜਾ ਮਹੀਨਾ ਪਿਛਲਾ ਗੁਜ਼ਰਿਆ ਹੈ, ਪੂਰੇ ਪੰਜਾਬ ਦੇ ਵਿੱਚ ਜਿਹੜਾ ਬੇਈਮਾਨੀ ਦਾ ਅਕਾਲੀਆਂ ਕਾਂਗਰਸੀਆਂ ਬੀਜੇਪੀ ਦੇ ਆਗੂਆਂ ਨੇ ਇੱਕ ਰਿਕਾਰਡ ਬਣਾਇਆ ਸੀ ਬੇਈਮਾਨੀ ਦਾ, ਆਮ ਆਦਮੀ ਪਾਰਟੀ ਦੇ 92 ਦੇ 92 ਐਮ ਐਲ ਏ ਉਸ ਰਿਕਾਰਡ ਨੂੰ ਤੋੜ ਕੇ ਤੇ 2 ਕਦਮ ਅੱਗੇ ਵੱਧ ਗਏ। ਤਾਂ ਅਸੀਂ ਇਸ ਸਟੇਜ ਤੋਂ ਐਲਾਨ ਕਰਦੇ ਹਾਂ, ਭਗਵੰਤ ਮਾਨ ਤੂੰ ਗਲਤੀ ਜਾਂ ਗੁਨਾਹ ਨਹੀਂ ਕੀਤਾ, ਤੂੰ ਪਾਪ ਕੀਤਾ ਇੱਕ ਪਾਪ, ਇਸ ਪਾਪ ਦੀ ਸਜ਼ਾ ਤੈਨੂੰ ਰੱਬ ਦਿੰਦਾ ਹੈ ਕਿ ਨਹੀਂ ਦਿੰਦਾ ਇਹ ਚਲੋ ਆਉਣ ਵਾਲੇ ਸਮੇਂ ਦੀ ਗੱਲ ਏ, ਪਰ ਇਸ ਪਾਪ ਦੀ ਸਜ਼ਾ ਤੈਨੂੰ ਆ ਪੰਜਾਬ ਦੇ ਲੋਕਾਂ ਨੇ ਹਰ 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 ਹਾਲਤ ਦੇਣੀ। ਜੇਕਰ ਪੰਜਾਬ ਦੇ ਲੋਕਾਂ ਦੀ ਮੁਆਵਜ਼ੇ ਦੇ ਖਰਾਬੇ ਦੀ ਆ ਮੰਗ ਪੂਰੀ ਨਾ ਹੋਈ ਤਾਂ ਇੱਕ ਗੱਲ ਸੋਚ ਲਾ, ਪੂਰੇ ਪੰਜਾਬ ਦੇ ਵਿੱਚ ਤੇਰੇ ਪੈਰਾਂ ਦੇ ਥੱਲੇ ਐਸੀ ਅੱਗ ਬਾਲਾਂਗੇ ਕਿ ਤੇਰਾ ਪੈਰ ਭੁੰਜੇ ਨਹੀਂ ਲੱਗਣ ਦਿਆਂਗੇ। ਤੁਹਾਡੇ ਇੱਕ ਐਮ ਐਲ ਏ ਨੂੰ ਜਿੱਥੇ ਵੀ ਕਿਤੇ ਪਾਸ ਨਹੀਂ ਕੀਤਾ ਸੀ, ਪਾਸ ਕਰਾਂਗੇ ਕਿ ਜੇ ਇਹ ਮੰਗਾਂ ਦੇ ਧਿਆਨ ਨਾ ਦਿੱਤਾ ਗਿਆ, ਜਿੱਥੇ ਵੀ ਤੁਹਾਡਾ ਕੋਈ ਵੀ ਐਮ ਐਲ ਏ ਆ 2024 ਚ ਇਲੈਕਸ਼ਨ ਆ ਜਾਣੇ ਨੇ ਵੜੇਗਾ, ਉੱਥੇ ਵੜ ਕੇ ਜੋ ਬੀਜੇਪੀ ਦੇ ਲੀਡਰਾਂ ਦੇ ਨਾਲ ਕਿਸਾਨ ਸੰਘਰਸ਼ ਦੇ ਦਰਮਿਆਨ ਹੋਇਆ ਹੈ ਉਹ ਤੇਰੇ ਇੱਕ ਐਮ ਐਲ ਏ ਦੇ ਨਾਲ ਕਰਾਂਗੇ, ਤਾਂ ਇਹ ਫੈਸਲਾ ਤੇਰੇ ਹੱਥ ਵਿੱਚ ਏ। ਸ਼ਰਮ ਆਉਣੀ ਚਾਹੀਦੀ ਭਗਵੰਤ ਮਾਨ ਨੂੰ, ਬੇਸ਼ੱਕ ਮੁੱਖ ਮੰਤਰੀ ਏ, ਇਹਨਾਂ ਵਾਸਤੇ ਕੋਈ ਸੰਵਿਧਾਨਿਕ ਵੱਡਾ ਅਹੁਦਾ ਹੋ ਸਕਦਾ ਹੈ, ਮਾਣਯੋਗ ਸਨਮਾਨਯੋਗ ਲਿਖਿਆ ਜਾ ਸਕਦਾ ਹੈ, ਪਰ ਜੇ ਸਟੇਜ ਤੋਂ ਅਸੀਂ ਇਮਾਨਦਾਰੀ ਨਾਲ ਬੋਲਣਾ ਹੋਵੇ ਤਾਂ ਭਗਵੰਤ ਮਾਨ ਵਰਗਾ ਬੇਈਮਾਨ ਬੰਦਾ ਕੋਈ ਨਹੀਂ। ਕਮੀਨਗੀ ਦੀ ਹੱਦ ਨਿਕਲੀਏ, ਜਿਹੜਾ ਕਹਿੰਦਾ ਹੁੰਦਾ ਸੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ, ਇਹ ਅੰਨਦਾਤਾ ਏ, ਇਹਨੂੰ ਸੜਕਾਂ ਤੇ ਬਹਾ ਦਿੰਦੇ ਨੇ। ਅੱਜ ਉਸ ਭਗਵੰਤ ਮਾਨ ਦੇ ਘਰੇ ਆਏ ਜੇ ਤੁਸੀਂ ਪੰਜਾਬੀ ਏ, ਘਰੇ ਆਏ ਤਾਂ ਦੁਸ਼ਮਣ ਨੂੰ ਵੀ ਚਾਹ ਪਾਣੀ ਪੁੱਛੇ ਤੋਂ ਬਗੈਰ ਨਹੀਂ ਜਾਣ ਦੇ। ਤੁਸੀਂ ਉਹ ਲੋਕ ਹੋ ਜਿਨ੍ਹਾਂ ਦੇ ਇਹਨਾਂ ਦੇ ਐਮ ਐਲ ਏ ਜਦੋਂ ਵੋਟਾਂ ਮੰਗਣ ਆਏ ਜਿਨ੍ਹਾਂ ਦਾ ਕਾਜੂਆਂ ਤੇ ਬਦਾਮਾਂ ਦੇ ਨਾਲ ਸਵਾਗਤ ਕੀਤਾ ਹੈ,
ਅੱਜ ਉਹ ਭਗਵੰਤ ਮਾਨ ਨੇ ਤੁਹਾਡੇ ਲਈ ਕਿਤੇ ਇੱਕ ਟੈਂਕੀ ਪਾਣੀ ਦਾ ਵੀ ਪ੍ਰਬੰਧ ਨਹੀਂ ਕੀਤਾ। ਇਹ ਕਹਿੰਦਾ ਸੀ ਧਰਨਿਆਂ ਦੀ ਲੋੜ ਨਹੀਂ ਪਏਗੀ, ਚਲੋ ਪਏਗੀ ਧਰਨਿਆਂ ਦੀ ਲੋੜ, ਪਰ ਇੱਕ ਮੁੱਖ ਮੰਤਰੀ ਦੇ ਘਰੇ ਉਹ ਲੋਕ ਆਏ ਨੇ ਜਿਨ੍ਹਾਂ ਨੇ ਇਸ ਮੁਲਕ ਨੂੰ, ਇਸ ਧਰਤੀ ਨੂੰ ਜਿਉਂਦੇ ਰੱਖਣ ਦੇ ਵਿੱਚ ਆਪਣੀ ਜ਼ਿੰਦਗੀ ਦੀ ਕੁਰਬਾਨੀ ਦਿੱਤੀ ਹੈ, ਜਿਨ੍ਹਾਂ ਨੇ ਇਸ ਰਾਜ ਗੱਦੀ ਦਾ ਆਨੰਦ ਮਾਣਨ ਵਾਸਤੇ 92 MLA ਜਿਤਾ ਕੇ ਘੱਲੇ ਨੇ। ਅੱਜ ਉਸ ਬੇਸ਼ਰਮ ਮੁੱਖ ਮੰਤਰੀ ਦੇ ਕੋਲ ਤੁਹਾਡੇ ਲਈ ਪਾਣੀ ਦਾ ਪ੍ਰਬੰਧ ਕਰਨ ਲਈ ਇੱਕ ਪਾਣੀ ਵਾਲੀ ਟੈਂਕੀ ਤੱਕ ਨਹੀਂ ਪੁੱਜੀ, ਇਹ ਬੇਸ਼ਰਮੀ ਹੈ ਭਗਵੰਤ ਮਾਨ। ਮੈਂ ਡਿਊਟੀ ਲੱਗੀ ਹੈ ਮੇਰੀ ਕਿ ਜਿਹੜੀਆਂ ਮੰਗ ਪੱਤਰ ਮੰਗਾਂ ਹੈ ਆਪਾਂ ਇਹਦੇ ਤੇ ਕੌਣ ਐਕਸ਼ਨ ਲਵੇਗਾ। ਤੁਸੀਂ ਆਪਦੇ ਪਟਵਾਰੀਆਂ ਨੂੰ ਗੁਪਤ ਹਦਾਇਤਾਂ ਕੀਤੀਆਂ ਨੇ ਕਿ ਕਿਤੇ ਵੀ ਤੁਸੀਂ 15% ਤੋਂ ਵੱਧ ਨੁਕਸਾਨ ਨਹੀਂ ਵਿਖਾਉਣਾ, ਤੇ ਇਧਰੋਂ ਤੈਅ ਕਰ ਦਿੱਤਾ ਹੈ ਕਿ 33% ਤੋਂ 75% ਤੱਕ ਨੁਕਸਾਨ ਹੈ ਜਿਹੜਾ ਉਹਦਾ ਮੁਆਵਜ਼ਾ ਮਿਲੇਗਾ, ਉਦੋਂ ਥੱਲੇ ਮੁਆਵਜ਼ਾ ਨਹੀਂ ਮਿਲੇਗਾ। ਪੂਰੀ ਦੀ ਪੂਰੀ ਇੱਕ ਸਾਜਿਸ਼ ਘੜੀ ਗਈ ਕਿ ਪੰਜਾਬ ਦੇ ਲੋਕਾਂ ਨੂੰ ਮੁਆਵਜ਼ਾ ਨਾ ਦੇਣਾ ਪਵੇ। ਇਸ ਸਾਜਿਸ਼ ਨੂੰ ਨੰਗਾ ਕਰਨ ਵਾਸਤੇ ਅੱਜ ਤੁਸੀਂ ਪੂਰੇ ਪੰਜਾਬ ਦੇ ਵਿੱਚੋਂ ਕੇਵਲ 2 ਦਿਨਾਂ ਦਾ ਨੋਟਿਸ, 2 ਦਿਨਾਂ ਦੇ ਨੋਟਿਸ ਤੇ ਆ ਇਕੱਠ ਕਰਕੇ ਤਾਂ ਇੱਥੋਂ ਦੇ ਮੁੱਖ ਮੰਤਰੀ ਸਾਹਿਬ ਨੂੰ ਇਹ ਚਚਾ ਦਿੱਤਾ ਕਿ ਪੰਜਾਬ ਦੇ ਲੋਕ ਤੇਰੀ ਇੱਕ ਚਾਲ ਨੂੰ ਸਮਝ ਚੁੱਕੇ ਨੇ। ਜਿਹੜਾ ਦੂਜੀ ਮੰਗ ਆਪਣੀ ਹੈ ਕਿ ਗਰਦਾਵਰੀ ਦਾ ਕੰਮ ਸਮਾਬੱਧ ਕੀਤਾ ਜਾਵੇ ਅਤੇ ਮੁਆਵਜ਼ਾ 14 ਅਪ੍ਰੈਲ ਤੱਕ ਖਾਤਿਆਂ ਚ ਆ ਜਾਵੇ। ਅੱਜ 6 ਅਪ੍ਰੈਲ ਚ ਬੈਠੇ ਹਾਂ ਅਸੀਂ, ਅਜੇ ਤੱਕ ਵੀ ਪੰਜਾਬ ਦੇ ਵਿੱਚ 4% ਤੋਂ ਵੱਧ ਜਿਹੜੀ ਗਰਦੌਰੀ ਸਿਰੇ ਨਹੀਂ ਚੜੀ, ਸਾਰੀ ਗਰਦੌਰੀ ਅਜੇ ਕਰਨ ਵਾਲੀ ਪਈ ਹੈ। ਜੇ ਕਿਤੇ ਵੀ ਇਹ ਸਰਕਾਰ ਦੇ ਆਗੂ ਇਹ ਕਹਿੰਦੇ ਨੇ ਕਿ ਪੰਜਾਬ ਦੀ ਅਸੀਂ ਗਰਦੌਰੀ ਮੁਕੰਮਲ ਕਰ ਲਈਏ ਤਾਂ ਉਹ ਝੂਠ ਬੋਲ ਰਹੇ ਨੇ। ਕੇਵਲ 4% ਗਰਦੌਰੀਆਂ ਜੇ ਹੋਈਆਂ ਨੇ, ਗਰਦੌਰੀਆਂ ਕਰਨ ਦੀ ਜ਼ਿੰਮੇਵਾਰੀ ਕੀਤੀ ਹੈ ਪਟਵਾਰੀਆਂ ਦੀ, ਇੱਕ ਪਟਵਾਰੀ ਕੋਲ ਕਿੰਨੇ ਸਰਕਲ ਨੇ, ਚਾਰਾਂ ਸਰਕਲਾਂ ਚ ਕਿੰਨੇ ਕਿੰਨੇ ਪਿੰਡ ਨੇ, ਚਾਰ 5-5, ਯਾਨੀ ਕਿ ਇੱਕ ਪਟਵਾਰੀ ਕੋਲ 20 ਪਿੰਡ ਨੇ। ਤੇ ਜੇ ਉਹ ਜਿਵੇਂ ਕਹਿੰਦੇ ਨੇ ਖੇਤਾਂ ਚ ਜਾ ਕੇ ਗਰਦੌਰੀ ਕਰੇ ਤਾਂ ਘੱਟ ਤੋਂ ਘੱਟ 3 ਮਹੀਨੇ ਲੱਗਣਗੇ, 3 ਮਹੀਨਿਆਂ ਤੋਂ ਪਹਿਲਾਂ ਗਰਦੌਰੀ ਪਟਵਾਰੀ ਕਰ ਹੀ ਨਹੀਂ ਸਕਦਾ। ਤਾਂ ਸਾਡੀ ਇਹ ਮੰਗ ਹੈ ਕਿ ਪਟਵਾਰੀ ਦੇ ਨਾਲ ਕਾਨੂੰਗੋ ਨੂੰ ਲਾਇਆ ਜਾਵੇ, ਤਹਿਸੀਲਦਾਰ ਨੂੰ ਲਾਇਆ ਜਾਵੇ, SDM ਨੂੰ ਲਾਇਆ ਜਾਵੇ। ਵੋਟਾਂ ਦੇ ਵਿੱਚ ਤੁਸੀਂ ਸਾਡੇ ਸਕੂਲਾਂ ਦੇ ਮਾਸਟਰ ਘੇਰ ਕੇ ਲੈ ਜਾਂਦੇ ਜੀ, ਸਕੂਲਾਂ ਦੇ ਮਾਸਟਰਾਂ ਦੀ ਡਿਊਟੀ ਲੱਗੇ, ਬਿਜਲੀ ਬੋਰਡ ਦੇ SDO ਦੀ ਡਿਊਟੀ ਲੱਗੇ, ਡਾਕ ਵਿਭਾਗ ਦੇ SDO ਦੀ ਡਿਊਟੀ ਲੱਗੇ, BSNL ਦੇ ਅਫਸਰਾਂ ਦੀ ਡਿਊਟੀ ਲੱਗੇ। ਤਾਂ ਹਰ ਇੱਕ ਪਿੰਡ ਵਾਸਤੇ ਘੱਟ ਤੋਂ ਘੱਟ ਇੱਕ ਅਫਸਰ ਜ਼ਰੂਰ ਅਪਾਇੰਟ ਕੀਤਾ ਜਾਵੇ ਕਿ ਜਿਹੜਾ ਸ਼ਾਰਟ ਟਰਮ ਦੇ ਵਿੱਚ 2 ਦਿਨਾਂ ਦੇ ਵਿੱਚ ਗਰਦੌਰੀ ਕਰਕੇ ਰਿਕਾਰਡ ਪੰਜਾਬ ਸਰਕਾਰ ਨੂੰ ਭੇਜੇ ਤੇ ਪੰਜਾਬ ਸਰਕਾਰ ਜਿਹੜਾ ਉਹਦਾ ਮੁਆਵਜ਼ਾ ਪਾਉਣ ਵਾਲੀ ਬਣੇ। ਹੋਣਾ ਕੀ ਹੈ, ਗੁਪਤ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੇ ਅਨੁਸਾਰ ਪਟਵਾਰੀ ਗਰਦੌਰੀ ਨਹੀਂ ਕਰਨਗੇ। ਕਿੰਨੇ ਦਿਨਾਂ ਨੂੰ ਕਣਕ ਨੂੰ ਹੱਥ ਲੱਗ ਜਾਏਗਾ, ਕੇਵਲ 4 ਜਾਂ 5 ਦਿਨਾਂ ਨੂੰ। ਸਾਡੇ ਤਾਂ ਇਲਾਕੇ ਚੱਲ ਨਹੀਂ ਪਈਆਂ ਕੰਬਾਈਨਾਂ,
ਚਾਰਾਂ ਜਾਂ ਪੰਜਾਂ ਦਿਨਾਂ ਦੇ ਵਿੱਚ ਕਿਸਾਨ ਵਾਢੀ ਸ਼ੁਰੂ ਕਰੇਗਾ ਤਾਂ ਉਹਦੇ ਫਿਕਰ ਵੱਧ ਤੋਂ ਵੱਧ 8% ਹੋ ਜਾਵੇਗੀ। ਗਰਦੌਰੀ ਤੁਸੀਂ ਕਣਕਾਂ ਵੱਢ ਲੈਣੀਆਂ ਨੇ ਤੇ ਸਰਕਾਰ ਦੇ ਕੋਲ ਬਣਿਆ ਬਣਾਇਆ ਪੰਜ ਕਿ ਭਾਈ ਅਸੀਂ ਤਾਂ ਗਰਦੌਰੀਆਂ ਹੀ ਨਹੀਂ ਕਰ ਸਕੇ, ਮੁਆਵਜ਼ਾ ਕਿੱਥੋਂ ਦੇਈਏ। ਪਰ ਇਸ ਗੱਲ ਦਾ ਅਹਿਸਾਸ ਸਾਨੂੰ ਸਾਰਿਆਂ ਨੂੰ ਕਰ ਲੈਣਾ ਚਾਹੀਦਾ ਕਿ ਸਰਕਾਰ ਦੀ ਨੀਤੀ ਤੇ ਨੀਅਤ ਦੋਵੇਂ ਬੇਈਮਾਨ ਨੇ, ਨਾ ਇਹਨਾਂ ਦੀ ਨੀਅਤ ਸਹੀ ਹੈ ਤੇ ਨਾ ਹੀ ਇਹਨਾਂ ਦੀ ਨੀਤੀ ਸਹੀ ਹੈ। ਤਾਂ ਇਸ ਨੀਅਤ ਤੇ ਨੀਤੀ ਨੂੰ ਲੈਣ ਤੇ ਲਿਆਉਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਲੱਕ ਬੰਨ ਕੇ ਤਿਆਰ ਰਹਿਣਾ ਚਾਹੀਦਾ। ਇੱਕ ਪਰਸੋਂ ਚੌਥ ਦੀ ਗੱਲ ਹੈ, ਜਿਹੜਾ ਮੰਗ ਪੱਤਰ ਆਪਾਂ ਦੇਣਾ ਸੀ ਉਹ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੇ ਅਫਸਰਾਂ ਦੀ ਡਿਊਟੀ ਲੱਗੀ ਉਹ ਮੰਗ ਪੱਤਰ ਲੈਣ ਲਈ ਆਏ ਨੇ। ਪਰਵਿੰਦਰ ਫੋਟੋ ਆਪਣੇ ਕੋਲ ਕਰ ਲਓ, ਫਿਰ ਇਹ ਫੋਟੋ ਇਹ ਵੀਡੀਓ ਨਹੀਂ ਫੋਟੋ ਇੱਕ ਕਰ ਲਓ। ਕੋਈ ਫੋਟੋ ਕਰ ਰਿਹਾ ਚਲੋ ਧੰਨਵਾਦ ਜੀ, ਭੇਜ ਤੁਸੀਂ ਦਿਓ ਮਨਵਾ ਅਸੀਂ ਆਪੇ ਲਾਵਾਂਗੇ। ਹੈਲੋ, ਆਪ ਸਾਹਿਬ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਨੂੰ ਪੰਜਾਬ ਸਰਕਾਰ ਵੱਲੋਂ ਆਪ ਕੋਲ ਭੇਜਿਆ ਗਿਆ ਇਹ ਲੈਣ ਲਈ ਮੰਗ ਪੱਤਰ, ਪਹਿਲ ਦੇ ਆਧਾਰ ਤੇ ਸੀਐਮ ਸਾਹਿਬ ਕੋਲ ਪਹੁੰਚਿਆ। ਤਾਂ ਇਹਨੂੰ ਸਮਾਪਤ ਕਰਾਂਗੇ, ਸਾਡੇ ਸੂਬਾ ਪ੍ਰਧਾਨ ਅਜੇ ਬੋਲਣ ਵਾਲੇ ਰਹਿੰਦੇ ਨੇ, ਮੈਂ ਬਸ ਜ਼ਿਆਦਾ ਤੁਹਾਡਾ ਸਮਾਂ ਲੈ ਲੈਣਾ, 2-3 ਮਿੰਟ ਦੇ ਵਿੱਚ ਵਿੱਚ ਆਪਦੀ ਗੱਲ ਖਤਮ ਕਰ ਦੇਣਾ ਕਿਉਂਕਿ ਆਪਾਂ ਦੂਰ ਪਹੁੰਚਣਾ ਹੈ। ਅੱਜ ਦਾ ਮਕਸਦ ਇਹ ਸੀ ਕਿ ਜਿਹੜੇ ਜ਼ਿਲ੍ਹਾ ਪ੍ਰਧਾਨ ਜਾਂ ਜ਼ਿਲ੍ਹੇ ਦੇ ਆਗੂ ਨੇ ਉਹਨਾਂ ਸਾਰਿਆਂ ਨੂੰ ਵੱਧ ਸਮਾਂ ਦੇ ਕੇ ਜਿਹੜਾ ਇਹ ਇਕੱਠਾਂ ਦੇ ਵਿੱਚ ਬੋਲਣ ਦੀ ਟ੍ਰੇਨਿੰਗ ਹੋ ਜਾਵੇ ਔਰ ਉਹਨਾਂ ਦੀ ਝੱਗਾ ਖੁੱਲ ਜਾਵੇ। ਤਾਂ ਜਿਹੜੀਆਂ ਵੀ ਇਹ ਮੰਗਾਂ ਇਸ ਮੰਗ ਪੱਤਰ ਦੇ ਵਿੱਚ ਹੈਗੀਆਂ ਨੇ, ਜਿਹੜੀ 3 ਨੰਬਰ ਤੇ ਮੰਗ ਹੈ ਗੁਲਾਬੀ ਸੁੰਡੀ ਵਾਲੀ, ਕਿ ਗੁਲਾਬੀ ਸੁੰਡੀ ਨੇ ਜਿਹੜਾ ਐਸ ਨਰਮਾ ਪੱਟੀ ਦਾ ਨੁਕਸਾਨ ਕੀਤਾ ਸੀ, ਜਿਹਦੀਆਂ ਸਪੈਸ਼ਲ ਗਰਦੌਰੀਆਂ ਹੋ ਚੁੱਕੀਆਂ ਸੀ, ਜਿਹਦੇ ਤੇ ਭਗਵੰਤ ਮਾਨ ਨੇ ਪੰਜਾਬ ਸਰਕਾਰ ਮੁਰਦਾਬਾਦ, ਕੇਂਦਰ ਸਰਕਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਜਿੰਦਾਬਾਦ, ਭਾਰਤੀ ਕਿਸਾਨ ਯੂਨੀਅਨ ਏਕਤਾ ਟਕਾਉਂਦਾ ਜਿੰਦਾਬਾਦ। ਮੰਗ ਮੰਗ ਕੇ ਦੇਖ ਲਿਆ, ਮੰਗ ਮੰਗ ਕੇ ਦੇਖ ਲਿਆ, ਜਦ ਤੱਕ ਦੁਖੀ ਕਿਸਾਨ ਰਹੇਗਾ, ਜਦ ਤੱਕ ਦੁਖੀ ਕਿਸਾਨ ਰਹੇਗਾ। ਆਪਾਂ ਸਮਾਪਤੀ ਵੱਲ ਵੱਧ ਰਹੇ ਆਪਣੇ
ਸੂਬੇ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਹੈ ਉਹ ਇੰਟ ਕਰਨਗੇ ਤੇ ਜਿੰਨੇ ਵੀ ਸਾਥੀ ਪਾਸੇ ਅੱਛੇ ਹੈ ਉਹ ਪੰਡਾਲ ਚ ਆ ਜਾਓ ਕਿਹੜਾ ਆਪਾਂ ਨਾਰੇ ਲਾ ਕੇ ਸਮਾਪਤ ਕਰਨਾ ਨਾਰੇ ਦਾ ਜਵਾਬ ਫਿਰ ਜਿਵੇਂ ਦਿੱਲੀ ਜਾਂਦਾ ਸੀ ਮੋਦੀ ਦੇ ਕੰਨਾਂ ਤੱਕਰਾ ਤੇ ਮਾਨ ਦੇ ਘਰਾਂ ਤੱਕਰਾ ਵੀ ਆਪਾਂ ਉਹ ਨਾਰਾ ਦਾ ਗੂੰਜ ਪਹੁੰਚਾਉਣੀ ਹੈ ਪਹੁੰਚੂਗੀ ਤਾਂ ਜਦੋਂ ਟਰੱਕਾਂ ਕੋਲੇ ਫਿਰਦੇ ਆ ਦੋ ਮਿੰਟਾਂ ਦੇ ਅੰਦਰ ਅੰਦਰ ਆ ਜਾਓ ਅਖੀਰਲਾ ਬੁਲਾਰਾ ਆਪਣਾ ਮਨਜੀਤ ਨੇ ਰਹੂਗਾ ਤੇ ਮੈਂ ਦੋ ਕੁ ਮਿੰਟਾਂ ਵਾਸਤੇ ਬੂਟਾ ਖਾਂ ਮਲੇਰਕੋਟਲਾ ਦੇ ਪ੍ਰਧਾਨ ਉਹ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਵਿਕਲੇ ਡਕੌਂਦਾ ਮਨਜੀਤ ਸਿੰਘ ਧਨੇਰ ਪਿੰਡ ਤੇ ਆਪਣੀ ਗੱਲ ਰੱਖਣਗੇ ਉਹਨਾਂ ਦੀ ਗੱਲ ਸੁਣੋ ਤੇ ਦੋ ਮਿੰਟਾਂ ਦੇ ਅੰਦਰ ਅੰਦਰ ਪੰਡਾਲ ਚ ਆਇਓ ਆਪਾਂ ਨਾਰੇ ਲਾ ਕੇ ਉਦੋਂ ਬਾਅਦ ਸਮਾਪਤ ਕਰਾਂਗੇ ਧੰਨਵਾਦ ਸਾਰੇ ਸਾਥੀਆਂ ਦਾ ਆਓ ਜੀ ਬੂਟਾ ਸਿੰਘ ਆਪਣੇ ਇੱਥੇ ਧਰਨੇ ਦੇ ਉੱਤੇ ਵੱਖ ਵੱਖ ਪਿੰਡਾਂ ਤੋਂ ਦੂਰ ਦੁਰਾਡੇ ਤੋਂ ਪਹੁੰਚੇ ਕਿਸਾਨ ਮਾਤਾਵਾਂ ਭੈਣਾਂ ਅਤੇ ਬਜ਼ੁਰਗ ਨੌਜਵਾਨ ਸਾਥੀ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਜਿਹੜਾ ਆਪਾਂ ਨੇ ਇੱਥੇ ਧਰਨਾ ਲਗਾਇਆ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਅੱਗੇ ਇਹ ਧਰਨਾ ਲਾਉਣ ਦੀ ਇਹਨਾਂ ਦੀ ਬਦੌਲਤ ਹੈ ਇਹ ਸਰਕਾਰ ਦੀ ਬਦੌਲਤ ਧਰਨਾ ਲਾਇਆ ਇਹ ਸਰਕਾਰ ਨੇ ਜਿਹੜੇ ਪਹਿਲਾਂ ਆਪਣੇ ਨਾਲ ਵਾਅਦੇ ਕੀਤੇ ਨੇ ਪਹਿਲਾਂ ਆਪਾਂ ਤੋਂ ਵੋਟਾਂ ਬਟੋਰੀਆਂ ਨੇ ਇਹਨਾਂ ਨੇ ਆਪਾਂ ਨੂੰ ਆਪਣੀਆਂ ਗੱਲਾਂ ਦੇ ਵਿੱਚ ਲੈ ਕੇ ਆਪਾਂ ਤੋਂ ਵੋਟਾਂ ਲੈ ਕੇ ਮੇਨ ਮਕਸਦ ਸੀ ਇਹਨਾਂ ਦਾ ਸਰਕਾਰ ਬਣਾਉਣਾ ਇਹਨੂੰ ਆਪਾਂ ਆਮ ਆਦਮੀ ਨੂੰ ਆਪਾਂ ਆਮ ਆਦਮੀ ਨਾ ਕਹੀਏ ਇਹ ਬੀਜੇਪੀ ਸਰਕਾਰ ਦਾ ਦੂਜਾ ਰੂਪਾ ਇੱਕ ਆਰਐਸਐਸ ਦੀ ਪਾਰਟੀ ਚੋਂ ਦੂਜੀ ਪਾਰਟੀ ਆਮ ਆਦਮੀ ਆ ਇਹਨੂੰ ਆਪਾਂ ਨਿਰੋਲ ਆਮ ਆਦਮੀ ਕਹਿੰਦੇ ਹਾਂ ਤਾਂ ਇਹ ਆਮ ਆਦਮੀ ਪਾਰਟੀ ਨਹੀਂ ਹੈ ਇਹ ਆਰਐਸਐਸ ਦੀ ਕੱਟੜ ਪੱਕੀ ਪਾਰਟੀ ਹੈ ਇਹ ਜਿਹੜੇ ਆਪਾਂ ਨੇ ਆਪਾਂ ਆਪਣੇ ਹੱਕਾਂ ਦੇ ਲਈ ਲੜਨਾ ਆਪਾਂ ਆਪਣੇ ਮੁਆਵਜ਼ੇ ਦੇ ਲਈ ਅੱਜ ਇਕੱਠੇ ਹੋਏ ਹਾਂ ਇਹ ਮਾਨ ਸਰਕਾਰ ਨੂੰ ਇਹ ਆਪਾਂ ਦਿਖਾ ਦਈਏ ਇਹ ਜੇ ਆਪਣੇ ਹੱਕ ਇਹ ਨਹੀਂ ਦਿੰਦੇ ਤਾਂ ਆਪਾਂ ਇਹ ਸੰਘਰਸ਼ ਆਪਾਂ ਹੋਰ ਤੇਜ਼ ਕਰਾਂਗੇ ਆਪਾਂ ਨੇ ਆਪਣਾ ਹੱਕ ਲੈ ਕੇ ਰਹਿਣਾ ਗਾ ਜੇ ਮਾਨ ਸਰਕਾਰ 50% ਨੁਕਸਾਨ ਵਾਲੇ ਨੂੰ ਜਾਂ 100% ਨੁਕਸਾਨ ਵਾਲੇ ਨੂੰ 50,000 ਰੁਪਇਆ ਨਹੀਂ ਦਿੰਦੀ ਜਿਹਦਾ ਘੱਟ ਨੁਕਸਾਨ ਹੋਇਆ 25% ਨੁਕਸਾਨ ਹੋਇਆ ਉਸਨੂੰ 25,000 ਜਾਂ ਘੱਟ ਤੋਂ ਘੱਟ ਗਿਣਤੀ ਵਾਲੇ ਨੂੰ 15,000 ਇਹ ਸਰਕਾਰ ਨਹੀਂ ਦਿੰਦੀ ਤਾਂ ਆਪਾਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਆਪਾਂ ਸਰਕਾਰ ਦੀ ਇੱਟ ਨਾਲ ਇੱਟ ਵਜਾਰਾਂਗੇ ਇੰਨੀਆਂ ਗੱਲਾਂ ਨਾ ਕਹਿੰਦਾ ਹੋਇਆ ਮੈਂ ਸਮਾਪਤ ਆਪਣੀ ਜਗ੍ਹਾ ਵਾਪਸ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਜਿਹੜੀ ਕਾਰਵਾਈ ਆ ਆ ਸਮਾਪਤੀ ਆਪਣੇ ਮਨਜੀਤ ਸਿੰਘ ਧਨੇਰ ਜੀ ਇਹ ਕਰਨਗੇ ਆਪਾਂ ਨੂੰ ਦੱਸਣਗੇ ਇਹਨਾਂ ਦੀ ਅਗਵਾਈ ਦੇ ਹੇਠ ਆਪਾਂ ਨੇ ਜਿਹੜਾ ਵੀ ਪ੍ਰੋਗਰਾਮ ਕਰਨਾ ਜਾਂ ਪੰਜਾਬ ਸਰਕਾਰ ਆ ਜਾਂ ਸੈਂਟਰ ਸਰਕਾਰ ਆ ਆਪਾਂ ਨੇ ਇਹਨਾਂ ਦੀ ਰਹਿਨਮਾਈ ਦੇ ਹੇਠ ਆਪਾਂ ਨੇ ਰਹਿ ਕੇ ਚੱਲਣਾ ਜੀ ਹਾਂਜੀ ਪ੍ਰਧਾਨ ਜੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਜਿੰਦਾਬਾਦ ਸੈਂਟਰ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਆਰਐਸਐਸ ਦੀ ਸਰਕਾਰ ਮੁਰਦਾਬਾਦ ਬਹਿ ਜਾਓ ਦੋ ਮਿੰਟਾਂ ਵਾਸਤੇ ਬਹਿ ਜਾਓ ਸਿਰਫ ਦੋ ਮਿੰਟਾਂ ਵਾਸਤੇ ਪੰਜਾਬ ਦੇ ਪ੍ਰਧਾਨ ਨੇ ਬੋਲਣਾ ਦੋ ਮਿੰਟਾਂ ਵਾਸਤੇ ਬਹਿ ਜਾਓ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਨੀ ਹੈ ਦੇਖੋ ਜੋ ਸੋਚ ਮਤੇ ਵੀ ਆਪਾਂ
ਪਾਉਣੀਆਂ। ਸਭ ਤੋਂ ਪਹਿਲਾਂ ਤਾਂ ਸਾਡਾ ਸਰਦੋਰ ਸਿੰਘ ਬਲਦ ਕਲਾਂ ਜਿਹੜਾ ਤਿਆਰੀ ਕਰਦਾ ਹੋਇਆ ਸਾਡੇ ਕਾਫਲੇ 'ਚ ਇੱਥੇ ਨਹੀਂ ਪਹੁੰਚ ਗਿਆ, ਅਚਾਨਕ ਉਹਦੀ ਮੌਤ ਹੋ ਗਈ। ਅਸੀਂ ਸੂਬਾ ਕਮੇਟੀ ਸਾਰਾ ਅੱਜ ਦਾ ਇਕੱਠ ਪਰਿਵਾਰ ਨਾਲ ਹਮਦਰਦੀ ਕਰਦੇ ਹੋਏ ਉਹਨਾਂ ਦੇ ਪਰਿਵਾਰ ਦੇ ਦੁੱਖ 'ਚ ਸਾਂਝਾ ਸਾਹਮਣੇ ਹੁੰਦੇ ਹਾਂ। ਦੂਜੀ ਬੇਨਤੀ ਕਿ ਪਿੰਡਾਂ 'ਚ ਚਿੱਪਾ ਦੇ ਮੀਟੋ ਭਗਵੰਤ ਮਾਨ ਲਾ ਰਿਹਾ, ਇਹਦਾ ਨਫਾ ਨੁਕਸਾਨ ਜੋ ਹੋਊਗਾ ਸਰਕਾਰ ਜ਼ਿੰਮੇਦਾਰ ਹੈ। ਤੀਜੀ ਬੇਨਤੀ ਕਿ ਮੇਰੇ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ, ਉਹਦੀ ਨਿਖੇਧੀ ਵੀ ਕਰਦੇ ਹਾਂ ਤੇ ਤੁਰੰਤ ਪੱਤਰਕਾਰਾਂ ਨੂੰ ਜੋ ਗ੍ਰਿਫਤਾਰ ਕੀਤਾ ਉਹਨਾਂ ਨੂੰ ਛੱਡਿਆ ਜਾਵੇ। ਅੱਜ ਵੀਡੀਓ ਜਿੰਨਾ ਦਾ ਪੱਤਰਕਾਰ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪੀ ਕੇ ਜੀ ਕਹਿੰਦਾ ਵੱਲੋਂ ਸੰਗਰੂਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ, ਚਾਹ ਪਾਣੀ ਤੇ ਲੱਗੇ ਦਾ ਪ੍ਰਬੰਧ। ਆਓ ਜੀ ਪ੍ਰਧਾਨ ਜੀ ਆਪਣੇ ਇਹ ਸਮਾਪਤ ਕਰਨਗੇ, ਧਿਆਨ ਨਾਲ ਗੱਲਾਂ ਸੁਣੋ, ਤੁਰਤੀ ਗੱਲਾਂ ਸਾਡੇ ਸੂਬੇ ਦੇ ਪ੍ਰਧਾਨ ਮੰਤਰੀ ਸ੍ਰੀ ਧੂਰ ਧੂਆ ਪੱਟੀ ਵਾਲ ਸਟੇਜ ਦੇ ਨਗਰਾ ਦੇ ਹਾਜ਼ਰੀ ਇਕੱਠ ਦੇ ਵਿੱਚ ਇਕੱਤਰ ਹੋਏ ਜੁਝਾਰੂ ਭੈਣੋ ਦੇ ਵੀਰੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਸਮਾਂ 5-4 ਮਿੰਟ ਲੈਣਾ ਕਿਉਂਕਿ ਅੱਜ ਮੈਂ ਖੁੱਲ੍ਹ ਦਿੱਤੀ ਸੀ, ਅੱਗੇ ਸਾਡੇ ਜ਼ਿਲ੍ਹਿਆਂ ਵਾਲਿਆਂ ਨੂੰ ਸਮਾਂ ਨਹੀਂ ਮਿਲਦਾ ਹੁੰਦਾ, ਸਾਡੇ ਪੰਜਾਬ ਦੇ ਪ੍ਰਧਾਨਾਂ ਨੂੰ ਪੌਣਾ ਪੌਣਾ ਘੰਟਾ 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 ਮਿਲ ਜਾਂਦਾ ਹੁੰਦਾ। ਅਸੀਂ ਇਹ ਸਮਝਦੇ ਹਾਂ ਵੀ ਉਲਟਾ ਕਰਕੇ ਦੇਖਿਆ ਵੀ ਜੇ ਜਥੇਬੰਦੀ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ ਰੁੱਖ ਫੇਰ ਹੀ ਮਜ਼ਬੂਤ ਹੋਊਗਾ। ਇਸ ਕਰਕੇ ਤੁਹਾਡੇ ਸਾਹਮਣੇ ਹੁਣ ਤੱਕ ਇੱਕ ਜ਼ਿਲ੍ਹੇ ਦੇ ਵੀ 2-2 ਆਗੂ 3-3 ਆਗੂ ਅਸੀਂ ਬੁਲਾਏ ਨੇ ਅਤੇ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਵੀ ਅਸੀਂ ਰੋਜ਼ ਹੀ ਬੋਲਦੇ ਹਾਂ, ਉਹਨਾਂ ਨੂੰ ਕਦੇ ਕਦੇ ਮੌਕਾ ਮਿਲਦਾ ਇਹੋ ਜਿਹੇ ਇਕੱਠਾਂ 'ਚ ਬੋਲਣ ਦਾ। ਸਾਥੀ ਸੁਖਦੇਵ ਬਲਦ ਕਲਾਂ ਦੀ ਗੱਲ ਕਰਕੇ ਗਏ ਨੇ, ਸਾਡੇ ਮੀਤ ਪ੍ਰਧਾਨ ਜੀ ਐਸੇ ਪ੍ਰੋਗਰਾਮ ਦੀ ਤਿਆਰੀ ਕਰ ਰਹੀ ਸੀ ਸੰਗਰੂਰ ਦੀ ਟੀਮ, ਅਤੇ ਉਹਨਾਂ ਦੇ ਥੋੜ੍ਹਾ ਢੂਹੀ ਦੇ ਵਿੱਚ ਦਰਦ ਸੀ ਸੁਖਦੇਵ ਬਲਦ ਦੇ, ਪਰ ਬੰਦੇ ਦਾ ਸਿਦਕ ਦੇਖੋ ਅਤੇ ਉੱਥੋਂ ਸਿੱਖੋ। ਘਰੇ ਪਿਆ ਵੀ ਜਿਹੜੀ ਟੀਮ ਤਿਆਰੀ ਕਰ ਰਹੀ ਆ ਜ਼ਿਲ੍ਹੇ ਦੀ, ਉਹਨਾਂ ਨੂੰ ਫੋਨ 'ਤੇ ਕਹਿ ਰਿਹਾ ਅੱਜ ਜਿੰਨੀ ਤਿਆਰੀ ਹੋ ਗਈ ਮੈਨੂੰ ਸ਼ਾਮ ਨੂੰ ਰਿਪੋਰਟ ਕਰ ਦਿਓ, ਬਾਕੀ ਦੇ ਪਿੰਡਾਂ 'ਚ ਕੱਲ੍ਹ ਨੂੰ ਜਾਇਓ, ਅਤੇ ਉਦੋਂ 1 ਘੰਟੇ ਬਾਅਦ ਮਿੱਤਰੋ ਹਾਰਟ ਅਟੈਕ ਹੋ ਜਾਂਦਾ। ਸਾਡੇ ਸੰਗਰੂਰ ਜ਼ਿਲ੍ਹੇ ਦਾ ਥੰਮ ਮੈਂ ਕਹੂੰਗਾ, ਥੰਮ ਮੈਂ ਕਿਉਂ ਕਹਿੰਦਾ ਕਿਉਂਕਿ ਸਾਡੇ ਮੋਰਚੇ ਨੂੰ ਵੇਚਣ ਵਾਸਤੇ ਸੰਗਰੂਰ ਜ਼ਿਲ੍ਹੇ ਦੇ ਤੰਬੂ ਪਟਾਏ ਗਏ ਸੀ 7 ਤਰੀਕ ਨੂੰ, ਜਿਹੜੇ ਕਹਿੰਦੇ ਨਾ ਅਸੀਂ ਸੂਬੇ ਦੇ ਪ੍ਰਧਾਨ ਹੈ, ਉਹਨਾਂ 'ਚ ਭੱਟੀਵਾਲ ਵੀ ਹੈਗਾ ਗੁਰਮੀਤ ਸਿੰਘ ਭੱਟੀਵਾਲ, ਜਗਮੋਹਨ ਸਿੰਘ ਪਟਿਆਲਾ ਤੇ ਬੂਟਾ ਸਿੰਘ ਬੁਰਜਗਿੱਲ, ਤਿੰਨਾਂ ਨੇ ਰਾਏ ਕਰਕੇ ਜਦੋਂ ਆਪਾਂ 11 ਤਰੀਕ ਨੂੰ ਤੁਰਨ ਦਾ ਵਾਅਦਾ ਕੀਤਾ ਸੀ ਤਾਂ ਸੰਗਰੂਰ ਵਾਲੇ ਹੈਗੇ ਹੋ, ਤੰਬੂ ਤੁਹਾਡੇ ਪਟਾਏ ਸੀ ਨਾ 7 ਤਰੀਕ ਨੂੰ, ਕਿਉਂ ਵੀ ਘੋਲ ਨਾ ਗਦਾਰੀ ਹੈਗੀ ਸੀ ਕਿ ਨਹੀਂ ਹੈਗੀ। ਬੂਟਾ ਸਿੰਘ ਜਿੱਥੇ ਬੋਲਦਾ ਕਹਿੰਦਾ ਮੈਨੂੰ ਕਿਸੇ ਗੱਲ ਦਾ ਸਬੂਤ ਨਹੀਂ, ਹੋਇਆ ਖੜੇ ਆ ਸਬੂਤ ਆ। ਤੇ ਅੱਜ ਆ ਜਦੋਂ ਤੁਸੀਂ ਇਕੱਠ ਰੱਖਿਆ ਤਾਂ ਉਹਨਾਂ ਨੇ ਵੀ ਸੱਦਾ ਦਿੱਤਾ ਕਹਿੰਦੇ 6-7 ਤਰੀਕ ਨੂੰ ਅਸੀਂ ਵੀ ਮੰਗ ਪੱਤਰ ਦੇਵਾਂਗੇ ਡੀਸੀਆਂ ਨੂੰ। ਮੈਨੂੰ ਹੁਣ ਤੱਕ ਸਮਝ ਹੀ ਨਹੀਂ ਸੀ ਲੱਗੀ, ਮੈਂ ਸੋਚੀ ਜਾਂਦਾ ਸੀ ਮੈਂ ਕਿਹਾ ਯਾਰ ਆਪਾਂ 4 ਘੰਟੇ ਦਾ ਧਰਨਾ ਰੱਖਿਆ ਤੇ ਉਹਦਾ 2 ਦਿਨ ਲਾਉਣਗੇ ਲਗਾਤਾਰ। ਇਹ ਮੈਂ ਜਵਾਬ ਉਹਨਾਂ ਨੂੰ ਦਿੰਦਾ ਜਿਹੜੇ ਕਹਿੰਦੇ ਜਥੇਬੰਦੀ ਕਿਹੜੀ ਆ ਭਾਰਤੀ ਕਿਸਾਨ ਯੂਨਿਟ ਕਹਿੰਦਾ, ਆ ਤੁਸੀਂ ਇੱਥੋਂ ਦੀ ਲੰਘਦੇ ਦੇਖ ਲਏ, ਉਹ ਡੀਸੀਆਂ ਨੂੰ ਮੰਗ ਪੱਤਰ ਦੇ ਕੇ ਗਏ ਅੱਜ 6 ਤਰੀਕ ਵਾਲੇ।
ਇਹੀ ਕੱਲ ਨੂੰ ਦੂਜੇ ਜ਼ਿਲ੍ਹਿਆਂ 'ਚ ਲੈ ਕੇ ਜਾਣੀ ਆ। ਤਾਂ 7 ਤਰੀਕ ਰੱਖੀ ਆ। ਕੰਮ ਕਰਨ ਦਾ ਤਰੀਕਾ ਹੈਗਾ ਉਸ ਟੀਮ ਕੋਲੇ, ਲੋਕਾਂ ਨੇ ਠੱਗੀ ਮਾਰਨ ਦਾ ਢੰਗ ਹੈਗਾ। ਅਸੀਂ ਤੇ ਤੁਹਾਨੂੰ ਸੱਦਿਆ, ਤੁਸੀਂ ਚਿੱਟੇ ਦਿਨ ਵਾਂਗੂ ਦੀਨੇ ਹੋ, ਠੀਕ ਆ ਨਾ। ਸਾਤੋ ਕੱਲਾ ਸਾਥੀ ਇਹੀ ਨੀ ਵਿਛੜਿਆ ਬਰਨਾਲੇ ਜ਼ਿਲ੍ਹੇ ਦੇ ਵਿੱਚ। ਸਾਡਾ ਸਾਥੀ ਜਗਜੀਤ ਜੱਗ, ਜਿਹਦੇ ਸ਼ਰਧਾਂਜਲੀ ਸਮਾਗਮ ਤੇ 4 ਤਰੀਕ ਨੂੰ ਅਸੀਂ ਜਾ ਕੇ ਆਏ ਆ, ਜਿਹਨੇ ਬਰਨਾਲਾ ਜ਼ਿਲ੍ਹਾ ਸਾਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਸੀ। ਇੱਥੇ ਹੀ ਵਸਨੀ ਬਰਨਾਲੇ ਜ਼ਿਲ੍ਹੇ ਦੀ ਸਾਡੀ ਉਹ ਭੈਣ ਜਿਹੜੀ ਇਹਨਾਂ ਭੈਣਾਂ ਨੂੰ ਇਕੱਠੀਆਂ ਕਰਕੇ 1.5 ਸਾਲ ਮੋਰਚੇ ਦੇ ਵਿੱਚ ਲੈ ਕੇ ਆਉਂਦੀ ਰਹੀ ਆ। ਸਾਡੇ ਗੁਰਲੇਵ ਸਿੰਘ ਮਾਂਗੇਵਾਲ ਦੀ ਪਤਨੀ ਹਰਦਵਿੰਦਰ ਕੌਰ ਵੀ ਸਾਤੋ ਧੋਖਾ ਕਰਕੇ ਚਲੇ ਗਏ। ਸਾਨੂੰ ਕੀ ਕਹੀਏ, ਲਫ਼ਜ਼ ਨਹੀਂ ਆਉਂਦਾ। ਬੜਾ ਸਾਥੀ ਨਾਲ ਪਿਆਰ ਸੀ, ਘਰ ਨਾਲ ਪਿਆਰ ਸੀ ਸਾਡਾ। ਭੈਣ ਸੰਘਰਸ਼ਾਂ ਦੇ ਵਿੱਚ ਮੋਹਰੀ ਸੀ ਸਾਤੋ, ਉਹ ਵੀ ਵਿਛੜ ਗਈ। ਜਾਂਦੀ ਜੇ ਕਹਿ ਲਈਏ ਇਹਨਾਂ 8-10 ਦਿਨਾਂ ਦੇ ਵਿੱਚ ਸਾਡੇ ਜੰਗ ਦੇ ਸਿਪਾਹੀ 3 ਤੁਰ ਗਏ। ਪਰ ਫਿਰ ਵੀ ਜਦੋਂ ਮੈਂ ਸਾਥੀ ਬਲਦੇਵ ਦਾ, ਸੁਖਦੇਵ ਬਲਦਕਲਾਂ ਦਾ ਸੰਸਕਾਰ ਕਰਾਉਣ ਲਈ ਪਹੁੰਚਿਆ ਤਾਂ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਇਹ ਗੱਲ ਕਹਿ ਕੇ ਗਿਆ ਸੀ ਵੀ ਅਸੀਂ ਤੁਹਾਡੀਆਂ ਸੱਜੀਆਂ ਖੱਬੀਆਂ ਬਾਹਾਂ ਡੋਲਿਓ ਨਾ ਮਿੱਤਰੋ, ਕਿਉਂਕਿ ਸਭ ਨਾਲੋਂ ਵੱਡੀ ਜੰਗ ਜੇ ਲੜੀ ਆ ਇਸ ਜਥੇਬੰਦੀ ਦੇ ਵਿੱਚ। ਹੁਣ ਦੇ ਸਮੇਂ ਤੇ ਜਦੋਂ ਪਰਖ ਦੀ ਘੜੀ ਸੀ, ਸੱਚ ਨਾਲ ਕੌਣ ਖੜਦਾ। ਜਦੋਂ ਮਨਜੀਤ ਧਨੇਰ ਨੂੰ ਗੁਰਮੀਤ ਭੱਟੀਆਲ ਨੇ ਵੰਗਾਰਿਆ ਸੀ ਵੀ ਤੂੰ ਸੰਗਰੂਰ ਦੇ ਵਿੱਚ ਪੈਰ ਨਹੀਂ ਪਾ ਸਕਦਾ, ਉਹ ਮੈਂ ਸਾਰਾ ਹੀ ਸੰਗਰੂਰ 'ਚ ਖੜਾ, ਉਹ ਕਹਿੰਦਾ ਪੈਰ ਨਹੀਂ ਪਾ ਸਕਦਾ। ਤਾਂ ਇਹਨਾਂ ਯੋਧਿਆਂ ਦੀ ਸੰਗਰੂਰ ਜ਼ਿਲ੍ਹੇ ਵਾਲਿਆਂ ਦੀ ਵੱਡੀ ਕੁਰਬਾਨੀ ਸੀ ਵੀ ਉਸ ਕੁਰਬਾਨੀ ਨੂੰ 4 ਚੰਨ ਲਾਉਣੇ ਆ। ਮੈਂ ਇੱਥੋਂ ਬੇਨਤੀ ਕਰੂੰਗਾ ਸਾਥੀਓ, ਕਦੋਂ ਵੀ ਸੰਗਰੂਰ ਵਾਲੇ ਲੋੜ ਪੈਂਦੀ ਆ, ਸਖਦੇਵ ਬਲਦਕਲਾਂ ਦਾ ਘਾਟਾ ਲੱਗਦਾ, ਤੁਹਾਡੇ ਨਾਲ ਬੈਠਾ ਮਾਨਪੁਰ ਦੇ ਵਿੱਚ ਸਾਹਿਬ ਸਿੰਘ ਮਾਨਪੁਰੋਂ ਤੋਂ ਰਾਏ ਲਈ ਜਾ ਸਕਦੀ ਆ। ਤੁਹਾਡੇ ਨਾਲ ਬੈਠੇ ਨੇ ਸਾਡੇ ਕੁਲਵੰਤ ਸਿੰਘ ਕਿਸ਼ਨਗੜ੍ਹ, ਉਹਨਾਂ ਤੋਂ ਰਾਏ ਲਈ ਜਾ ਸਕਦੀ ਆ। ਘਬਰਾਓ ਨਾ, ਸਾਸੀ ਜੜਾਂ ਦੱਬ ਚੱਲੇ ਆ, ਇਹਦੇ ਤੇ ਬਰੋਟੇ ਉੱਗਣਗੇ। ਅੱਗੇ ਪਹਿਲਾਂ ਬਰੋਟੇ ਲੱਗੇ ਸੀ, ਥੱਲੇ ਆਗੂ ਨਹੀਂ ਸੀ ਉੱਗਣ ਦਿੰਦੇ, ਹੁਣ ਆਪੇ ਤੂੰ ਉਲਟਾ ਕਰ ਲਿਆ, ਠੀਕ ਆ ਨਾ। ਸੋ ਭਰਾਵੋ, ਅੱਜ ਦੀ ਮਾਰਨ ਵਾਲੀ ਗੱਲ ਤਾਂ ਬਹੁਤ ਵਿਆਖਿਆ ਆ ਗਈ। ਅਗਲਾ ਘੋਲ ਆਪਾਂ ਮਿੱਟਣ ਜਾ ਰਹੇ ਆ। ਸਾਨੂੰ ਪਤਾ ਵਿਸਾਖੀ ਤੱਕ ਤੁਹਾਡੇ ਬੈਂਕ ਖਾਤਿਆਂ 'ਚ ਕੁਛ ਨਹੀਂ ਆਉਣਾ, ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਜਿਹਨੂੰ CM ਕਹਿੰਦੇ ਆ, CM ਹੁੰਦਾ ਕਿ ਚੀਫ ਮਿਨਿਸਟਰ, ਉਹਨੂੰ ਮੁੱਖ ਮੰਤਰੀ ਕਹਿੰਦੇ ਆ, ਅੰਗਰੇਜ਼ੀ ਚੀਫ ਮਿਨਿਸਟਰ। ਇੱਕ CM ਹੁੰਦਾ ਕਮੇਟੀ ਮੈਨ, ਕਿਉਂਕਿ ਕਮੇਟੀ ਮੈਨ ਵੀ ਰਿਹਾ ਨਾ, ਇਹ ਕਮੇਟੀਓ ਹੀ ਕਰਦਾ ਦੇਣਾ ਲੈਣਾ, ਤੁਹਾਨੂੰ ਕੱਖ ਨਹੀਂ। ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਜੰਗ ਦਾ ਐਲਾਨ ਹੋਊਗਾ। ਉਹ ਜੰਗ ਕਿਹੜੇ ਰੂਪ ਦੇ ਵਿੱਚ ਲੜਦੀ ਹੈ, ਉਹਦੇ 2 ਰੂਪ ਹੈ। ਅੱਜ ਆਪਾਂ ਫੌਰੀ ਆਪਣੀ ਜਥੇਬੰਦੀ ਵੱਲੋਂ ਪੂਰਾ ਜ਼ੋਰ ਲਾ ਕੇ, ਜਦੋਂ ਖੇਤਾਂ ਦੇ ਵਿੱਚ ਕਣਕ ਪੱਕੀ ਹੋਈ ਆ, ਸਰੋਂ ਕੱਢਣ ਲੱਗੇ ਆ, ਮੇਰਾ ਖੋਤਾ ਭਰਾਵੋ ਅੱਜ ਇਹ ਹਾਲ ਆ। ਮੈਂ ਘੱਟ ਤਾਂ ਬੋਲਿਆ ਕਿਉਂਕਿ 11 ਬੰਦੇ ਮੰਡੀ 'ਚ ਸਰੋਂ ਕੱਢਣ ਲੱਗੇ ਹੋਏ ਨੇ, ਮੇਰੇ ਇਕੱਲੇ ਦੇ ਨਹੀਂ, ਤੁਹਾਡੇ ਵੀ ਹੋਣਗੇ। ਅੱਜ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਤੁਸੀਂ ਮੁੱਖ ਮੰਤਰੀ ਦੀ ਹੱਕ ਦੇ ਉੱਤੇ ਪੈਰ ਧਰ ਲਿਆ ਆ ਕੇ, ਤਾਂ ਫਿਰ ਉਹ ਸਮਾਂ ਆ ਗਿਆ ਜਿਹੋ ਜਿਹਾ ਦਿੱਲੀ ਦੇ ਵਿੱਚ ਆਪਾਂ ਸੰਘਰਸ਼ ਲੜਿਆ ਸੀ, ਇਹ ਲੱਗਦਾ ਪੰਜਾਬ ਦੇ ਵਿੱਚ ਵੀ ਲੜਨਾ ਪਊਗਾ। ਆਪਾਂ ਸ਼ੁਰੂਆਤ ਕੀਤੀ ਆ
ਤੇ ਮੁੱਖ ਮੰਤਰੀ ਨੂੰ ਇਹ ਦੱਸ ਦਈਏ ਅੱਜ ਇੱਕ ਜਥੇਬੰਦੀ ਆਈ ਆ, ਅਜੇ 37-37 ਹੋਰ ਰਹਿੰਦੀਆਂ। ਜੇ ਤਾਂ ਇਕੱਠਿਆਂ ਦੀ ਕੌਡੀ ਪਵਾਉਣੀ ਹੈ ਤਾਂ ਅਸੀਂ ਇਕੱਠੇ ਵੀ ਕੌਡੀ ਪਾਵਾਂਗੇ ਤੇਰੇ, ਦੇਖਾਂਗੇ ਉਹਦੀਆਂ ਤੇਰੀਆਂ ਮਸ਼ੀਨ ਗੰਨਾ ਕੀ ਕਰਦੀਆਂ, ਤੇਰੇ ਟੈਂਕ ਕੀ ਕਰਦੇ ਨੇ। ਸਾਨੂੰ ਪਤਾ ਕਿ ਜੇ ਤੂੰ ਅੰਮ੍ਰਿਤਪਾਲ ਨੂੰ ਫੜਨ ਵਾਸਤੇ PS-36 ਹੁੰਦੀ ਤਾਂ ਅੰਮ੍ਰਿਤਪਾਲ ਫੜਿਆ ਜਾਣਾ ਸੀ ਘਰੋਂ ਹੀ। ਉਹ ਭਰਾਵੋ ਠੱਗੀ ਆ ਤੁਹਾਡੇ ਨਾਲ ਅੰਮ੍ਰਿਤਪਾਲ ਵਾਲੀ, ਉਹਨਾਂ ਨੇ ਅੰਮ੍ਰਿਤਪਾਲ ਨੂੰ ਨਹੀਂ ਫੜਨਾ, ਉਹਨਾਂ ਨੇ ਤੁਹਾਡੀਆਂ ਕਿਸਾਨ ਲਹਿਰਾਂ ਦਾ ਮਲੀਆ ਮੇਟ ਕਰਨ ਵਾਸਤੇ PSF ਮੰਗਾਈ ਆ। ਸਾਡੀ ਮੰਗ ਆ ਉਹ ਜਿਹੜੇ ਮੁੰਡੇ ਜਿਨ੍ਹਾਂ ਤੋਂ NSO ਲਾ ਕੇ ਆਸਾਮ ਤੱਕ ਭੇਜਦੇ, ਸਾਨੂੰ ਤਾਂ ਪੰਜਾਬ ਦੇ ਵਿੱਚ ਕਿਤੇ ਗੜਬੜ ਦਿਸੀ ਨੀ, ਉਹ NSO ਖਤਮ ਕਰਕੇ ਆ ਜਿਹੜਾ PSF ਦਾ ਬੱਗ ਹੈ ਸੜਕਾਂ ਤੇ ਤੁਰਿਆ ਫਿਰਦਾ ਪੰਜਾਬ ਦੀਆਂ ਤੇ, ਉਹ ਇੰਨਾ ਮੁਆਵਜ਼ਾ ਤਾਂ ਸਾਡਾ ਬਣਦਾ ਨੀ ਜਿੰਨਾ ਤੂੰ PSF ਨੂੰ ਦੇ ਦੇਣਾ, CRP ਨੂੰ ਦੇ ਦੇਣਾ। ਇਸ ਕਰਕੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਦਫਾ ਕਰਕੇ ਆ ਲੋਕਾਂ ਦਾ ਬਣਦਾ ਮੁਆਵਜ਼ਾ ਦੇਣਾ ਪਊਗਾ। ਇਹੀ ਸਾਡੀ ਅਸਲੀ ਮੰਗ ਹੈ ਤੇ ਇਹੀ ਸਾਡਾ ਅਸਲੀ ਢੰਗ ਹੈ। ਆਉਣ ਵਾਲੇ ਸਮਿਆਂ ਦੇ ਵਿੱਚ MLA ਨੂੰ ਪਿੰਡਾਂ 'ਚ ਤੁਰਨ ਦੇਣਾ ਕਿ ਨਹੀਂ ਤੁਰਨ ਦੇਣਾ, ਇਹ ਸਮਾਂ ਨਿਰਧਾਰਤ ਕਰਾਂਗੇ। ਹੁਣ ਤਿਆਰੀ ਰੱਖਣੀ ਹੈ, ਜਿਹੋ ਜਿਹੀ ਫਸਲ ਹੈਗੀ ਆ ਉਹਨੂੰ ਸਾਂਭਣਾ ਪੈਣਾ, ਪਰ ਉਸ ਤੋਂ ਬਾਅਦ ਆ ਭੁੱਲ ਨਾ ਜਾਇਓ ਸੰਘਰਸ਼ਾਂ ਵਾਲੀ ਗੱਲ ਨੂੰ। ਕੱਠ ਲੋਹੇ ਦੀ ਲੱਠ ਬਣਾ ਕੇ ਲੈ ਕੇ ਆਉਣਾ ਤੇ ਕਿਰਤੀਆਂ ਦਾ ਫੋਕਾ ਜਿਹੜਾ ਉਹ ਘਰ ਘਰ ਲੈ ਕੇ ਜਾਇਓ। ਆਉਣ ਵਾਲੀ ਲੜਾਈ ਦੀ ਤਿਆਰੀ ਰੱਖਿਓ। ਇਸੇ ਆਸ ਨਾਲ ਤੁਹਾਡਾ ਧੰਨਵਾਦ ਕਰਦਾ। ਕੁਛ ਫਰਕ ਰਹਿ ਗਿਆ ਸਟੇਜ ਚਲਾਉਣ 'ਚ, ਉਹ ਸਾਤੋਂ ਆਉਣ ਵਾਲੇ ਸਮੇਂ 'ਚ ਕੱਢਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਆਪਾਂ ਉੱਠਣਾ ਨੀ, ਨਾਰੇ ਲਾ ਕੇ ਉੱਠਣਾ, ਖੜੇ ਪੜਾ ਹੋ ਜਾਓ, ਦੋ ਬੇਨਤੀਆਂ ਮੰਨ ਲਓ, ਨਾਰੇ ਇੰਨੇ ਉੱਚੀ ਲਾਉਣੇ ਆ ਭਗਵੰਤ ਮਾਨ ਦੀ ਕੁਰਸੀ ਟੇਢੀ ਹੋ ਜੇ। ਇੱਕ ਤਾਂ ਮੈਂ ਬੇਨਤੀ ਕਰਦਾ ਜ਼ਿਲ੍ਹਿਆਂ ਨੂੰ ਆਪਾਂ ਖੇਤੀ ਖਰੜਾ ਦਿੱਤਾ ਜਿਹੜਾ ਭਗਵੰਤ ਕਹਿੰਦਾ ਸੀਗਾ, ਉਹ ਕਿ ਸਾਨੂੰ ਬਦਲਾਅ ਵਾਲੀ ਨੀਤੀ ਦਿਓ। ਅੱਜ 2 ਮਹੀਨੇ ਦੇ ਨੀਤੀ ਦਿੱਤੇ ਨੂੰ ਸਾਡੇ ਨਾਲ ਗੱਲ ਨਹੀਂ ਕੀਤੀ ਉਹਨੇ, ਅਸੀਂ ਬਦਲਾਅ ਦੱਸਿਆ ਵੀ ਕਿਵੇਂ ਹੋਊਗਾ। ਦੂਜੀ ਬੇਨਤੀ, ਮਹਿਲ ਕਲਾਂ ਕੱਲ ਕਰਤੋਰ ਦੀ ਜੀਵਨ ਸਾਥਣ ਦਾ ਭੋਗ ਹੈ, ਮਹਿਲ ਕਲਾਂ ਬਲਾਕ ਦੇ ਉੱਤੇ ਮੀਟਿੰਗ ਹੋਊਗੀ, ਉੱਥੇ ਮੀਟਿੰਗ ਦੇ ਵਿੱਚ ਪਹੁੰਚੋ। ਤੀਜੀ, ਆਪਾਂ ਨਾਰੇ ਲਾ ਕੇ ਪੂਰੇ ਜ਼ੋਰ ਨਾਲ ਫਿਰ ਪਿੱਚਰ ਲੈ ਤੋਂ ਭਗਵੰਤ ਮਾਨ ਮੁਰਦਾਬਾਦ ਮੰਨ ਕੇ ਪੰਜਾਬ ਨੌਜਵਾਨ ਲੋਕਾਂ ਨਾਲ ਥੱਕੀ ਮਾਰਨੀ ਬੰਦ ਕਰੋ, ਭਗਵੰਤ ਮਾਨ ਦੀ ਸਰਕਾਰ ਮੁਰਦਾਬਾਦ, ਠੀਕਾ ਤੂੰ ਟਕਾਉਂਦਾ ਟਕਾਉਂਦਾ ਜਿੰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। ਸਤਿ ਸ਼੍ਰੀ ਅਕਾਲ।